ਸ੍ਰੀ ਨਾਨਕ ਪੱਗ ਪੰਕਜ ਬੰਦਨ ਪੱਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦ ਹੋ ਬਾਰ ਬਾਰ ਜਗਦੀ ਸੀਸਾ ਪੁੰਨ ਪੁੰਨ ਸੀਸਾ ਬੰਦ ਹੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਸਦਾ ਹੀ ਦਿਆਲੂ ਸਦਾ ਹੀ ਕਿਰਪਾਲੂ ਸਦਾ ਹੀ ਮਿਹਰਬਾਨ ਸਮਰੱਥ ਗੁਰੂ ਪ੍ਰਤੱਖ ਗੁਰੂ ਮੁਕਤ ਭੁਗਤ ਜੁਗਤ ਦੇ ਦਾਤੇ ਸਰਬ ਸ਼ਕਤੀਮਾਨ ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ ਸਭਨਾ ਦੇ ਸਾਂਝੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਿਆਲਤਾ ਰਹਿਮਤ ਹੋਈ ਹੈ ਆਪ ਸਮੂਹ ਸੰਗਤ ਹਰ ਰੋਜ਼ ਦੀ ਤਰ੍ਹਾਂ ਸ਼ਾਮਾਂ ਦੇ ਸਮੇਂ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ
ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਧ ਪਾਲੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਜੀ। ਹਾਂਜੀ ਸਤਸੰਗਤ ਜੀ, ਬੜੇ ਪਿਆਰ ਨਾਲ ਸਾਰੀ ਸਿੱਖ ਸੰਗਤ ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪ ਜੀ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਰਵਣ ਕਰ ਰਹੇ ਹੋ। ਆਨੰਦ ਕਾਰਜਾਂ ਦੀ ਕਥਾ ਆਪ ਜੀ ਨੇ ਸਰਵਣ ਕੀਤੀ। ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਬਰਾਤ ਲੈ ਕੇ ਵਾਪਸ ਆਨੰਦਪੁਰ ਸਾਹਿਬ ਵਿੱਚ ਆਏ। ਕੱਲ੍ਹ ਜਿਹੜੀ ਆਪ ਜੀ ਨੇ ਕਥਾ ਸਰਵਣ ਕੀਤੀ ਬੜੀ ਸਿੱਖਿਆ ਵਾਲੀ ਸੀਗੀ ਅਤੇ ਬੜਾ ਡਰ ਕੇ ਰਹਿਣ ਵਾਲੀ ਕਥਾ ਹੈ ਜੀ ਉਹ ਜੀ। ਇਸ ਮਾਰਗ 'ਤੇ ਉਹ ਬੰਦਾ ਕਾਮਯਾਬ ਹੈ ਜਿਹੜਾ ਅੱਠੇ ਪੈਰ ਪਰਮੇਸ਼ੁਰ ਕੋਲੋਂ ਡਰਦਾ ਰਹੇ ਜੀ। ਥੋੜ੍ਹਾ ਜਿਹਾ ਡਰ ਕਿਤੇ ਹਿਰਦੇ 'ਚੋਂ ਦੂਰ ਹੋ ਗਿਆ ਨਾ ਜੀ, ਅਤੇ ਸਾਧ ਸੰਗਤ ਬੰਦਾ ਕੁਝ ਦਾ ਕੁਝ ਕਰ ਬੈਠਦਾ ਜੀ। ਭਗਤੀ ਕਰਨ ਵਾਲੇ ਬੰਦੇ ਦੇ ਅੰਦਰ ਡਰ ਦਾ ਹੋਣਾ ਬੜਾ ਜ਼ਰੂਰੀ ਹੈ, ਭੈ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਧ ਸੰਗਤ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਪ੍ਰੇਮ ਦਾ ਹੋਣਾ ਅਤੇ ਡਰ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕੋਲ ਇੱਕ ਬਾਣੀਆ ਆ ਗਿਆ। 700 ਰੁਪਏ ਦੀ ਸੋਨੇ ਦੀਆਂ ਮੋਹਰਾਂ ਸਨ, 700 ਸੋਨੇ ਦੀਆਂ ਮੋਹਰਾਂ ਸਨ ਉਹਦੇ ਵਿੱਚ, ਥੈਲੀ ਵਿੱਚ। ਉਹ ਕਹਿਣ ਲੱਗਾ, ਮਹਾਰਾਜ ਮੇਰੀ ਕਿਸੇ ਚੋਰ ਨੇ ਚੋਰੀ ਕਰ ਲਈ ਹੈ। ਮੈਂ ਤੁਹਾਡੇ ਕਰਕੇ ਸੱਚੇ ਪਾਤਸ਼ਾਹ ਇੱਥੇ ਆਇਆ ਸਾਂ, ਤੁਹਾਡਾ ਹੁਕਮਨਾਮਾ ਸੁਣ ਕੇ। ਹੁਣ ਸੱਚੇ ਪਾਤਸ਼ਾਹ ਬੜੀ ਚਿੰਤਾ ਲੱਗ ਗਈ ਹੈ, ਕਿਰਪਾ ਕਰੋ, ਦਇਆ ਕਰੋ ਅਤੇ ਕੋਈ ਰਾਹ ਦੱਸੋ। ਅਤੇ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ ਸੱਚੇ ਪਾਤਸ਼ਾਹ, ਮਹਾਰਾਜ ਸੱਚੇ ਪਾਤਸ਼ਾਹ ਮਨ ਵਿੱਚ ਵਿਚਾਰ ਬਣਾ ਰਹੇ ਵੀ ਜੇ ਗੁਰੂ ਕੀ ਸੰਗਤ ਵਿੱਚ ਬੰਦਾ ਆ ਕੇ ਦੁਖੀ ਹੋਏਗਾ ਤਾਂ ਸੁਖੀ ਕਿੱਥੇ ਹੋਏਗਾ। ਕਹਿਣ ਲੱਗੇ, ਸੰਗਤ ਨੇ ਤਾਂ ਸੁੱਖ ਦੇਣਾ ਜੀ। ਹਾਂਜੀ, ਜੇ ਸੰਗਤ ਵਿੱਚ ਆ ਕੇ ਬੰਦਾ ਦੁਖੀ ਰਿਹਾ ਤਾਂ ਸੁਖੀ ਕਿੱਥੇ ਆ ਕੇ ਹੋਏਗਾ ਜੀ। ਨਾਲੇ ਸੰਗਤ ਦਾ ਕਾਰਜ ਹੈ, ਜਿਹੜਾ ਸੰਗਤ ਵਿੱਚ ਆਉਂਦਾ ਉਹਨੂੰ ਦੁੱਖ ਲੱਗਦਾ ਨਹੀਂ, ਜਿਹੜਾ ਸੰਗਤ ਵਿੱਚ ਆਉਂਦਾ ਉਹਦੇ ਦੁੱਖ ਕੱਟੇ ਜਾਂਦੇ ਨੇ ਸੰਗਤ ਜੀ। ਫਿਰ ਧਿਆਨ ਨਾਲ ਸਰਵਣ ਕਰਨਾ, ਸੰਗਤ ਵਿੱਚ ਆਉਣ ਵਾਲੇ ਬੰਦੇ ਨੂੰ ਦੁੱਖ ਲੱਗਦਾ ਨਹੀਂ ਹੈ, ਸੰਗਤ ਵਿੱਚ ਆਉਣ ਵਾਲੇ ਸਿੱਖ ਦੇ ਦੁੱਖ ਕੱਟੇ ਜਾਂਦੇ ਨੇ ਜੀ, ਕੱਟੇ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਫਿਰ ਹੁਣ ਉਹਦਾ ਭਲਾ ਕਰਨ ਵਾਸਤੇ, ਕਿਉਂਕਿ ਉਹਨੂੰ ਮਾਇਆ ਦੀ ਚਿੰਤਾ ਬੜੀ ਲੱਗ ਗਈ ਸੀਗੀ, ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਸਿੱਖਾਂ ਨੂੰ ਆਖਿਆ, ਜਾਓ ਫਲਾਣੀ ਥਾਂ 'ਤੇ ਉਹਦਾ ਘਰ ਹੈ। ਆਪ ਉਹ ਚੋਰ ਮੰਜੇ 'ਤੇ ਬੈਠਾ, ਕਹਿਣ ਲੱਗੇ ਦੱਖਣ ਵਾਲੇ ਪਾਸੇ ਤਾਕੀ ਹੈ ਅਤੇ ਤਾਕੀ ਦੇ ਵਿੱਚ ਉਹਨੇ ਪੈਸੇ ਰੱਖੇ 'ਚ, ਕਹਿਣ ਲੱਗੇ ਲੈ ਆਓ। ਹੋ ਸਕਦਾ ਜੇ ਸਿੱਖ ਆ ਕੇ ਪੁਕਾਰ ਨਾ ਕਰਦਾ ਤੇ ਮਾਇਆ ਉੱਥੇ ਪਈ ਰਹਿੰਦੀ ਜਾਂ ਉਹ ਵਰਤ ਲੈਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਪਰਦਾ ਪਾਇਆ ਸੀਗਾ ਜੀ। ਗੁਰੂ ਸਾਹਿਬ ਬਖਸ਼ਿੰਦ ਨੇ ਮਹਾਰਾਜ ਪਰਦਾ ਪਾ ਕੇ ਰੱਖਦੇ, ਪਰ ਬੰਦਾ ਚਲਾਕੀਆਂ ਕਰਨ ਤੋਂ ਬਾਜ ਨਹੀਂ ਆਉਂਦਾ ਜੀ। ਮਹਾਰਾਜ ਮਿਹਰ ਕਰ ਦੇਣ ਸੰਗਤ ਜੀ, ਇਹ ਚਲਾਕੀਆਂ ਵਾਲਾ ਸੁਭਾਅ ਦੂਰ ਹੋ ਜੇ। ਚੋਰ ਚਲਾਕ ਹੀ ਹੁੰਦੇ ਨੇ ਜੀ, ਚੋਰ ਭੋਲੇ ਨਹੀਂ ਹੁੰਦੇ ਜੀ। ਚਲਾਕ ਬੰਦਾ ਚੋਰ ਹੁੰਦਾ ਜੀ, ਭੋਲਾ ਨਹੀਂ ਚੋਰ ਹੋ ਸਕਦਾ ਜੀ। ਹਾਂਜੀ, ਅਤੇ ਇਹ ਕੱਲ੍ਹ ਆਪ ਜੀ ਨੂੰ ਬੜੇ ਵਿਸਥਾਰ ਸਹਿਤ ਬੇਨਤੀ ਕਰ ਹੀ ਚੁੱਕੇ ਹਾਂ ਜੀ। ਸੰਗਤ ਜੀ, ਬੰਦਾ ਜੋ ਮਰਜ਼ੀ ਕਰੀ ਜਾਵੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਹੈ ਜੀ। ਅਤੇ ਇੱਕ ਗੱਲ ਦਾ ਪੱਕਾ ਆਪਾਂ ਧਿਆਨ ਰੱਖਣਾ ਹੈ, ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬ ਪਰਦੇ ਕੱਜੀ ਜਾ ਰਹੇ ਨੇ ਜੀ। ਬਹੁਤ ਵਾਰ ਤੇ ਗੁਰੂ ਸਾਹਿਬ ਮੌਕਾ ਬਖਸ਼ਿਸ਼ ਕਰ ਦਿੰਦੇ ਸਿੱਖ ਨੂੰ ਵੀ ਤੈਨੂੰ ਹੁਣ ਵੀ ਮੌਕਾ, ਤੂੰ ਸੁਧਰ ਜਾ ਪਾਈ। ਜਦੋਂ ਫਿਰ ਪਾਣੀ ਸਿਰੋਂ ਹੀ ਟੱਪ ਜੇ ਨਾ ਜੀ, ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕੋਈ ਚੋਰ ਵਰਤਾ ਦਿੰਦੇ, ਤੋਰਾ ਕੰਮ ਜਿਹੜਾ ਉਹ ਜ਼ਾਹਰ ਹੋ ਜਾਂਦਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ,
ਇਹ ਥੋੜੀ ਬਹੁਤਾ ਕਿਸੇ ਨਾ ਕਿਸੇ ਪ੍ਰਕਾਰ ਦੀ ਢਲਿਆਈ ਤੇ ਹਰ ਬੰਦੇ ਵਿੱਚ ਹੁੰਦੀ ਹੈ ਜੀ। ਪੂਰੇ ਤੇ ਜਾਂ ਸਤਿਗੁਰੂ ਨੇ ਜਾਂ ਪਰਮੇਸ਼ਰ ਹੈ ਜੀ, ਜਾਂ ਰੱਬ ਦਾ ਪਿਆਰਾ ਨਾਮ ਜਪਣ ਵਾਲਾ ਸਤਿਗੁਰੂ ਜੀ ਦੇ ਵਿੱਚ ਓਤ ਪੋਤ ਹੋਈ ਰੂਹ ਪੂਰੀ ਹੈ ਜੀ। ਬਾਕੀ ਆਮ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਢਲਿਆਈ ਹੁੰਦੀ ਹੈ ਤੇ ਗੁਰੂ ਸਾਹਿਬ ਮਿਹਰ ਕਰਨ, ਦਇਆ ਕਰਨ, ਇਸ ਸੰਸਾਰ ਤੇ ਜਿੰਨੇ ਵੀ ਲੋਕ ਨੇ ਸਾਰਿਆਂ ਦੇ ਪਰਦੇ ਪਾਈ ਰੱਖਣ ਜੀ ਮਹਾਰਾਜ, ਪਰਦੇ ਪਾਈ ਰੱਖਣ। ਪਰਦਾ ਚੁੱਕਿਆ ਜਾਵੇ ਤੇ ਕੱਖ ਨਹੀਂ ਰਹਿੰਦਾ ਜੀ। ਹਾਂਜੀ, ਪਰਦੇ ਪਾਈ ਰੱਖਣ। ਤੇ ਇੱਕ ਗੱਲ ਦਾ ਚੇਤਾ ਰੱਖੋ, ਮੈਂ ਇੱਕ ਗ੍ਰੰਥ ਪੜ੍ਹ ਰਿਹਾ ਸਾਂ, ਪਾਰਸ ਭਾਗ ਉਸ ਗ੍ਰੰਥ ਦਾ ਨਾਮ ਹੈ ਜੀ। ਉਸ ਗ੍ਰੰਥ ਦਾ ਕਰਤਾ ਇਹ ਗੱਲ ਲਿਖਦਾ, ਜਿਸ ਵਾਹਿਗੁਰੂ ਨੇ ਤੁਹਾਡੀ ਇੱਥੇ ਇੱਜ਼ਤ ਰੱਖੀ ਉਹ ਅੱਗੇ ਵੀ ਰੱਖੇਗਾ। ਕਹਿਣ ਲੱਗੇ ਜਿਹਨੇ ਇੱਥੇ ਇੱਜ਼ਤ ਬਣਾਈ ਹੈ ਨਾ, ਕਹਿਣ ਲੱਗੇ ਪ੍ਰੇਮ ਨਾਲ ਉਹਦਾ ਨਾਮ ਜਪਦੇ ਰਹੋ, ਉਹ ਪਰਮੇਸ਼ਰ ਦੀ ਕਿਰਪਾ ਕਰਨਗੇ ਤੇ ਅੱਗੇ ਵੀ ਬੰਦੇ ਦੀ ਇੱਜ਼ਤ ਬਣੀ ਰਹੇਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਚੋਰ ਨੂੰ ਲੈ ਆਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਿਉਂ ਵੀ ਸੰਗਤ ਆਈ ਤੇ ਤੂੰ ਮਾਇਆ ਚੁੱਕ ਕੇ ਲੈ ਗਿਆ ਉਹਨਾਂ ਦੀ। ਮਹਾਰਾਜ ਕਹਿੰਦੇ, ਤੇਰੀ ਸਜ਼ਾ ਤੇ ਇਹੋ ਜਿਹੀ ਵੀ ਤੈਨੂੰ ਫਾਂਸੀ ਦੇਣੀ ਚਾਹੀਦੀ ਹੈ, ਪਰ ਮੌਕਾ ਖੁਸ਼ੀਆਂ ਦਾ। ਕਹਿਣ ਲੱਗੇ, ਸਾਰੀਆਂ ਸਿੱਖ ਸੰਗਤਾਂ ਵਿਆਹ ਮਨਾ ਕੇ ਹਟੀਆਂ, ਜਾ ਤੈਨੂੰ ਬਖਸ਼ ਦਿੱਤਾ। ਕਹਿਣ ਲੱਗੇ, ਤੈਨੂੰ ਬਖਸ਼ ਦਿੱਤਾ। ਇਹਦਾ ਇਹ ਵੀ ਭਾਵ ਲੈਣਾ ਗੁਰਮੁਖੋ, ਗੁਰੂ ਸਾਹਿਬ ਸਜ਼ਾ ਦੇਣ ਦਾ ਬਹਾਨਾ ਨਹੀਂ ਲੱਭਦੇ, ਗੁਰੂ ਸਾਹਿਬ ਬਖਸ਼ਣ ਦਾ ਬਹਾਨਾ ਲੱਭਦੇ ਰਹਿੰਦੇ ਨੇ ਜੀ। ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਗੁਨਾਹ ਬਖਸ਼ ਦਿੱਤੇ ਜਾਣ ਜੀ, ਬਖਸ਼ ਦਿੱਤੇ ਜਾਣ, ਬਖਸ਼ ਦਿੱਤੇ ਜਾਣ। ਸਜ਼ਾ ਦੇਣ ਦਾ ਬਹਾਨਾ ਲੱਭਦੇ ਹੁੰਦੇ ਤੇ ਮਹਾਰਾਜ ਕਹਿੰਦੇ ਵੀ ਕੋਈ ਨਹੀਂ, ਕੱਲ ਪਰਸੋਂ ਠਹਿਰ ਕੇ ਲੈ ਕੇ ਆਇਓ ਇਹਨੂੰ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੁਣ ਲਾ ਭਾਈ, ਅੱਜ ਤੋਂ ਬਾਅਦ ਚੋਰੀ ਨਹੀਂ ਉਹ ਕਰਨੀ ਜੀ। ਕੱਲ ਵੀ ਬੇਨਤੀ ਕੀਤੀ, ਕੋਈ ਪੁਲਿਸ ਵਾਲਾ ਜਿੰਨਾ ਮਰਜ਼ੀ ਆਖੀ ਜਾਏ ਕਿਸੇ ਨੂੰ ਵੀ ਚੋਰਾ ਤੂੰ ਚੋਰੀ ਨਹੀਂ ਕਰਨੀ, ਸਜ਼ਾ ਤੇ ਉਹ ਦੇ ਸਕਦਾ ਪਰ ਕਿਸੇ ਦੀ ਆਦਤ ਨਹੀਂ ਹਟਾ ਸਕਦਾ ਜੀ। ਉਹ ਜੀ ਗੁਰੂ ਸਾਹਿਬ ਨੇ ਕੀਤੀ ਮਿਹਰ, ਉਹ ਚੋਰ ਚੋਰੀ ਕਰਨਾ ਹੀ ਛੱਡ ਗਿਆ ਜੀ, ਉਹ ਚੋਰ ਚੋਰੀ ਕਰਨਾ ਛੱਡ ਗਿਆ। ਤੇ ਚੋਰ ਅਨੰਦਪੁਰ ਸਾਹਿਬ ਤੋਂ ਤੇ ਦੂਰ ਥਾਂ ਤੇ ਜਾ ਕੇ ਰਹਿਣ ਲੱਗ ਪਿਆ, ਪਰ ਚੋਰ ਗੁਰਮੁਖ ਬੰਦਾ ਬਣ ਗਿਆ ਜੀ। ਉਹ ਜੀ ਆਪਣੀ ਧਰਮ ਦੀ ਕਿਰਤ ਕਰਨ ਲੱਗ ਪਿਆ ਤੇ ਨਾਮ ਜਪਣ ਲੱਗ ਪਿਆ ਜੀ, ਨਾਮ ਜਪਣ ਲੱਗ ਪਿਆ। ਇਸ ਤਰੀਕੇ ਨਾਲ ਸਾਧ ਸੰਗਤ ਪਤਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨਿਆਂ ਕੁ ਨੂੰ ਸੁਧਾਰਿਆ ਹੋਏਗਾ ਜੀ, ਕਿੰਨਿਆਂ ਕੁ ਨੂੰ ਸੁਧਾਰਿਆ ਹੋਏਗਾ। ਬੜੇ ਬੜੇ ਪਾਮਰ ਪੁਰਸ਼, ਬੜੇ ਬੜੇ ਪਾਪੀ ਪੁਰਸ਼ ਤੇ ਸੱਚੇ ਪਾਤਸ਼ਾਹ ਨੇ ਇੱਕ ਬਚਨ ਕਰਕੇ ਉਹਨਾਂ ਦਾ ਜੀਵਨ ਬਦਲ ਦਿੱਤਾ ਸੰਗਤ ਜੀ, ਇੱਕ ਬਚਨ ਕਰਕੇ ਨਾ ਜੀ ਉਹਨਾਂ ਦਾ ਜੀਵਨ ਬਦਲ ਦਿੱਤਾ ਸੱਚੇ ਪਾਤਸ਼ਾਹ ਨੇ। ਚੋਰ ਦਾ ਜੀਵਨ ਬਦਲ ਦਿੱਤਾ ਸੱਚੇ ਪਾਤਸ਼ਾਹ ਨੇ, ਚੋਰ ਨੂੰ ਮਹਾਰਾਜ ਸਜ਼ਾ ਦੇ ਦਿੰਦੇ ਜੀ। ਹਾਂਜੀ, ਤੇ ਉਹਨੇ ਮਰ ਮੁੱਕ ਜਾਣਾ ਸੀਗਾ, ਮਹਾਰਾਜ ਨੇ ਮੌਕਾ ਬਖਸ਼ਿਸ਼ ਕਰਤਾ ਤੇ ਉਹ ਗੁਰਮੁਖ ਬੰਦਾ ਬਣ ਗਿਆ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਪ੍ਰਸੰਗ ਸਾਧ ਸੰਗਤ ਜੀ ਸਰਵਣ ਕਰਨਾ, ਸੱਚੇ ਪਾਤਸ਼ਾਹ ਮਿਹਰ ਕਰਨ। ਇਹ ਜਿਹੜਾ ਇਤਿਹਾਸ ਹੈ ਬੜਾ ਸਿੱਖਿਆਦਾਇਕ ਹੈ, ਪਲ ਪਲ ਤੇ ਬੰਦਾ ਇਹਦੇ ਤੋਂ ਸਿੱਖਿਆ ਲਵੇ ਤੇ ਉਹ ਵੀ ਥੋੜ੍ਹੀ ਹੈ ਜੀ, ਇੰਨਾ ਇਤਿਹਾਸ ਸਾਡਾ ਸਿੱਖਿਆਦਾਇਕ ਹੈ। ਸੋ ਹੁਣ ਇਹਦੇ ਤੋਂ ਅੱਗੇ ਆਪਾਂ ਬੜੇ ਪਿਆਰ ਦੇ ਨਾਲ ਸਾਧ ਸੰਗਤ ਜੀ ਗੁਰਬਾਣੀ ਦੀ, ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਸਰਵਣ ਕਰਨੀ ਹੈ। ਉਸ ਚੋਰ ਨੇ ਹਰ ਪ੍ਰਕਾਰ ਨਾਲ ਬੁਰੇ ਕੰਮ ਛੱਡ ਦਿੱਤੇ ਜੀ, ਤੇ ਹੋ ਸਕਦਾ ਤੁਹਾਨੂੰ ਕਿਸੇ ਨੂੰ ਕਿਸੇ ਗੁਰਮੁਖ ਦੀ ਸੰਗਤ ਪ੍ਰਾਪਤ ਹੋਈ ਹੋਵੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੋਈ ਹੋਵੇ ਕਿਰਪਾ, ਤੇ ਬੰਦਿਆਂ ਦੇ ਬੜੇ ਬੜੇ ਬੁਰੇ ਬੰਦੇ ਬੜੇ ਬੜੇ ਸਾਧੂ ਪੁਰਸ਼ ਬਣ ਜਾਂਦੇ ਜੀ। ਹਾਂਜੀ, ਇੱਕ ਬੰਦਾ ਨਾ ਜੀ ਸ਼ਰਾਬ ਬਹੁਤ ਪੀਂਦਾ ਸੀਗਾ ਜੀ, ਸ਼ਰਾਬ ਉਹਨੇ ਬੜੀ ਪੀਣੀ ਜੀ, ਕਿਸੇ ਦੀ ਉਹਨੇ ਮੰਨਣੀ ਸੁਣਨੀ ਨਹੀਂ ਜੀ। ਤੇ ਗਿਆਨੀ ਕਥਾ ਕਰਨ ਵਾਲਾ ਜਿੰਨਾ ਮਰਜ਼ੀ ਆਖੀ ਜਾਏ ਹਾਂ ਵੀ ਸ਼ਰਾਬ ਨਾ ਪੀਓ ਭਾਈ, ਠੀਕ ਹੈ ਉਹ ਹੋਕਾ ਤੇ ਦੇ ਰਿਹਾ, ਪਰ ਇਹ ਹਟਦਾ ਕੰਮ ਉਦੋਂ ਹੀ ਹੈ ਜਦੋਂ ਗੁਰੂ ਸਾਹਿਬ ਕਿਰਪਾ ਕਰ ਦੇਣ ਜੀ। ਉਹ ਜੀ ਸ਼ਰਾਬ ਪੀਣ ਤੋਂ ਬਾਅਦ ਨਾ ਆਵੇ ਜੀ, ਕਿਸੇ ਗੁਰਮੁਖ ਸਾਧੂ ਨਾਲ ਹੋ ਗਿਆ ਮੇਲਾ, ਰੱਬ ਦੇ ਪਿਆਰਿਆਂ ਦੀ ਪੈ ਗਈ ਦ੍ਰਿਸ਼ਟੀ ਨਾਮ ਜਪਣ ਵਾਲਿਆਂ ਦੀ, ਉਹਨਾਂ ਇੰਨਾ ਹੀ ਬਸ ਆਖਿਆ ਵੀ ਵਾਹਿਗੁਰੂ, ਉਹਨਾਂ ਆਖਿਆ ਵੀ ਨਹੀਂ ਜੀ
ਬਸ ਦਰਸ਼ਨ ਕਰਕੇ ਬੁਰੇ ਕੰਮ ਆਪੇ ਹੀ ਛੁੱਟ ਗਏ ਜੀ ਸਾਰੇ ਜੀ। ਦਰਸ਼ਨ ਹੀ ਕਰਕੇ ਨਾ ਜੀ ਬੁਰੇ ਕੰਮ ਛੁੱਟ ਗਏ, ਛੁੱਟ ਜਾਂਦੇ ਜੀ। ਜਿਹੜੇ ਬਹੁਤ ਜ਼ਿਆਦਾ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਮਹਾਂਪੁਰਖ ਹੁੰਦੇ ਨੇ ਸੰਗਤ ਜੀ, ਕੰਮ ਉਹਨਾਂ ਦੇ ਗੁਰੂ ਸਾਹਿਬਾਂ ਵਾਲੇ ਹੀ ਹੁੰਦੇ ਜੀ। ਤੁਸੀਂ ਪੜ੍ਹ ਕੇ ਵੇਖ ਲਓ ਜੀਵਨ ਜੀ ਉਹਨਾਂ ਦੇ ਜੀ, ਕਾਰਜ ਉਹਨਾਂ ਦੇ ਗੁਰੂ ਸਾਹਿਬਾਂ ਵਾਲੇ ਹੀ ਹੁੰਦੇ ਨੇ। ਬਸ ਆਪਣੇ ਆਪ ਨੂੰ ਸਿੱਖ ਅਖਵਾ ਕੇ ਆਪ ਉਹਨਾਂ ਨੂੰ ਨਾਮ ਜਪਣ ਦਾ ਸ਼ੌਂਕ ਹੁੰਦਾ ਅਤੇ ਦੂਜਿਆਂ ਨੂੰ ਵੀ ਇਸ ਮਾਰਗ 'ਤੇ ਉਲਾ ਦਿੰਦੇ ਨੇ ਜੀ। ਇਸ ਕਰਕੇ ਹੋ ਸਕਦਾ ਤੁਹਾਡੇ ਵਿੱਚੋਂ ਕਈ ਗੁਰਮੁਖਾਂ ਦੇ ਨਾਲ ਇਸ ਤਰ੍ਹਾਂ ਦਾ ਕੁਝ ਵਰਤਿਆ ਵੀ ਹੋਵੇ ਜੀ। ਚੋਰ ਚੋਰੀ ਕਰਨਾ ਛੱਡ ਗਿਆ, ਹਾਂਜੀ ਚੋਰ ਨਾਮ ਜਪਣ ਵਾਲਾ ਬਣ ਗਿਆ ਜੀ। ਇਹਦੇ ਤੋਂ ਅੱਗੇ ਪ੍ਰਸੰਗ ਆਪਾਂ ਸਰਵਣ ਕਰਨਾ, ਇਹਨੂੰ ਆਖੋ ਬਾਹਰ ਜਾ ਕੇ ਗੱਲ ਕਰ ਲੇ, ਹੈਂ ਗੱਜ ਕੇ ਆਖੋ ਵਾਹਿਗੁਰੂ। ਚੋਰ ਚੋਰੀ ਕਰਨਾ ਛੱਡ ਗਿਆ, ਇਹਦੇ ਤੋਂ ਅੱਗੇ ਹੁਣ ਕਥਾ ਆਰੰਭ ਹੋ ਰਹੀ ਹੈ। ਬੜੇ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਮ ਲੀਲਾ ਇਮ ਸਤਿਗੁਰੂ ਲੀਲਾ ਕਰਤ ਚੋਰ ਜਾਰ ਬਟ ਪਾਰ। ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੜੇ ਪ੍ਰਕਾਰ ਦੀ ਲੀਲਾ ਕਰ ਰਹੇ ਨੇ। ਹਾਂਜੀ, ਸਭ ਹਿਨ ਕੋ ਚਿੰਤਾ ਭਈ ਕਰੈ ਖੋਸੜੇ ਮਾਰ। ਚੋਰ ਜਾਰ ਤੇ ਬਟਵਾਰ ਇਹ ਵੱਖ ਵੱਖ ਕਿਸਮ ਦੀਆਂ ਕੈਟਾਗਰੀਆਂ ਨੇ ਜੀ। ਇਹ ਜਦੋਂ ਦੀ ਧਰਤੀ ਉਰੋਂ ਦੇ ਨਾਲੋਂ ਨਾਲ ਹੀ ਸਾਰੇ ਤੁਰੇ ਆ ਰਹੇ ਨੇ ਜੀ। ਸੰਗਤ ਜੀ, ਜੇ ਹਨੇਰਾ ਹੈ ਤੇ ਪ੍ਰਕਾਸ਼ ਹੈ, ਪ੍ਰਕਾਸ਼ ਦੀ ਵੈਲਿਊ ਉਹਨਾਂ ਚਿਰ ਹੋਵੇ ਹੀ ਨਾ ਜੇ ਹਨੇਰਾ ਨਾ ਹੋਵੇ ਜੀ। ਹਾਂਜੀ, ਸਾਧ ਪੁਰਸ਼ਾਂ ਦੀ ਵੈਲਿਊ ਕਿਵੇਂ ਹੋਵੇ ਜੇ ਇਹੋ ਜਿਹੇ ਚੋਰ ਨਾ ਹੋਣ ਜੀ। ਹਾਂਜੀ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬੜੇ ਬੜੇ ਚੋਰ ਯਾਰ ਤੇ ਲੁਟੇਰੇ ਉਹਨਾਂ ਸਾਰਿਆਂ ਨੂੰ ਚਿੰਤਾ ਪੈ ਗਈ ਵੀ ਦਸਵੇਂ ਪਾਤਸ਼ਾਹ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਹੈ ਜੀ। ਹੈਂ, ਉਹਨਾਂ ਨੂੰ ਪੁਲਿਸ ਨਹੀਂ ਭੇਜਣੀ ਪੈਂਦੀ, ਸਿਪਾਹੀ ਨਹੀਂ ਭੇਜਣੇ ਪੈਂਦੇ ਵੀ ਜਾਓ ਕਾਰਵਾਈ ਕਰਕੇ ਆਓ। ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਗੁਰੂ ਜੀ ਨੂੰ। ਇਹ ਗੱਲ ਸੋਚ ਕੇ ਚੋਰਾਂ ਨੂੰ ਚਿੰਤਾ ਪੈ ਗਈ ਜੀ ਕਿ ਚੋਰੀ ਕਰਾਂਗੇ। ਉਹ ਤੇ ਬੰਦਾ ਉੱਥੇ ਬੈਠੇ ਹੀ ਦੱਸ ਦਿੰਦੇ ਵੀ ਫਲਾਣੀ ਚੀਜ਼ ਉਹਨੇ ਚੋਰੀ ਕੀਤੀ ਹੈ। ਹਾਂਜੀ, ਬਟਵਾਰ ਕਹਿੰਦੇ ਨੇ ਜਿਹੜੇ ਰਸਤੇ ਵਿੱਚ ਲੋਕਾਂ ਨੂੰ ਰੁਕਾ ਕੇ ਨਾ ਜੀ ਤੇ ਲੁੱਟਾਂ ਖੋਵਾਂ ਕਰਦੇ ਹੋਣ ਜੀ, ਉਹ ਸਾਰੇ ਡਰ ਗਏ ਜੀ ਵੀ ਮਹਾਰਾਜ ਨੂੰ ਪਤਾ ਲੱਗ ਜਾਂਦਾ ਜੀ ਸਾਰੀ ਗੱਲ ਦਾ। ਹਾਂਜੀ, ਨਿਰਭੈ ਬਨਿਕ ਠਾਨਤ ਵਿਵਹਾਰਾ, ਤੇ ਹੋਰ ਜਿਹੜੇ ਉੱਥੋਂ ਦੇ ਬਾਣੀਏ ਸਨ ਉਹ ਨਿਰਭੈ ਹੋ ਕੇ ਗੁਰੂ ਕੇ ਲਾਹੌਰ ਦੇ ਵਿੱਚ ਵਪਾਰ ਕਰਦੇ ਰਹੇ ਜੀ, ਕਿਹੇ ਪ੍ਰਕਾਰ ਦੇ ਚੋਰ ਦਾ ਉਹਨਾਂ ਨੂੰ ਡਰ ਨਹੀਂ ਰਿਹਾ ਜੀ। ਹਾਂਜੀ, ਗਹੇ ਉਹ ਚੋਰ ਤੇ ਅਚਰਜ ਧਾਰਾ, ਜਦੋਂ ਦਾ ਉਹ ਚੋਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਤਾ ਨਾ ਵੀ ਫਲਾਣੀ ਥਾਂ ਤੇ ਬੈਠਾ ਤੇ ਫਲਾਣੀ ਥਾਂ ਤੇ ਮਾਇਆ ਲੁਕਾਈ ਹੈ, ਉਰੋਂ ਦੇ ਸਾਰੇ ਚੋਰ ਡਰੇ ਪਏ ਸੀਗੇ ਜੀ। ਡਰੇ ਪਏ ਵੀ ਉਹਨਾਂ ਨੂੰ ਤੇ ਪਤਾ ਲੱਗ ਜਾਂਦਾ ਜੀ ਸਾਰੀ ਗੱਲ ਦਾ। ਹਾਂਜੀ, ਸੂਨੀ ਵਸਤ ਰਹੇ ਕਿਸ ਥਾਈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਅਨੰਦਪੁਰ ਸਾਹਿਬ ਵਿੱਚ ਗੁਰੂ ਕੇ ਲਾਹੌਰ ਵਿੱਚ ਆਸੇ ਪਾਸੇ ਬੜੀ ਕੀਮਤੀ ਵਸਤੂ ਐਵੇਂ ਵੀ ਪਈ ਰਹਿੰਦੀ ਸੀ ਨਾ ਜੀ, ਐਵੇਂ ਹੀ ਉਹਦੇ ਲਾਗੇ ਕੋਈ ਨਹੀਂ ਸੀ ਹੁੰਦਾ ਜੀ। ਹਾਂਜੀ, ਨਹਿ ਕੋ ਸਕੇ ਹੱਥ ਕੋ ਪਾਈ, ਤੇ ਕੋਈ ਹੁਣ ਚੋਰ ਹੋਵੇ ਤੇ ਉਹਨੂੰ ਹੱਥ ਪਾਏ ਨਾ ਜੀ, ਸਾਰੇ ਚੋਰ ਡਰਦੇ ਹੋਏ ਸਾਹਮਣੇ ਵੀ ਮਾਇਆ ਪਈ ਹੁੰਦੀ ਸੀ ਤੇ ਹੱਥ ਨਹੀਂ ਲਾਉਂਦੇ ਜੀ, ਹੱਥ ਨਹੀਂ ਲਾਉਂਦੇ। ਗੱਲ ਤੇ ਵਿਸ਼ਵਾਸ ਦੀ ਹੈਗੀ ਸੰਗਤ ਜੀ, ਜਿਹਨੂੰ ਗੁਰੂ ਤੇ ਵਿਸ਼ਵਾਸ ਹੈ ਤੇ ਜਿਹਨੂੰ ਗੁਰੂ ਤੇ ਡਰ ਆਉਣ ਲੱਗ ਪਿਆ ਜੀ, ਉਹ ਗਲਤ ਕੰਮ ਕਰਨੋਂ ਛੱਡ ਦਿੰਦਾ ਜੀ ਵੀ।
ਆ ਮੈਨੂੰ ਗੁਰਮੁਖ ਬੜੀ ਵਾਰੀ ਕਹਿੰਦੇ ਤੂੰ ਆਪਣੀ ਅਲਮਾਰੀ ਨੂੰ ਚਾਬੀ ਨਹੀਂ ਲਾਉਂਦਾ। ਹਾਂਜੀ ਉਹ ਮੈਂ ਕਿਹਾ ਜਿੰਨੇ ਜੇ ਉਹ ਲੈ ਕੇ ਜਾਣਾ ਲੈ ਜੇ। ਹਾਂਜੀ ਆਪਾਂ ਨੂੰ ਕੋਈ ਚਿੰਤਾ ਨਹੀਂ ਹੈਗੀ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਆਪੇ ਪਰਮੇਸ਼ਰ ਵੇਖ ਲੇਗਾ ਜੀ। ਹਾਂਜੀ ਕਿੱਥੇ ਕੋਈ ਲੈ ਜੂਗਾ ਜੀ, ਗੱਲ ਤੇ ਹੈ ਵੀ ਕਿੱਥੇ ਲੈ ਜੂਗਾ ਕੋਈ ਜੀ। ਸਾਹਮਣੇ ਵਸਤੂ ਪਈ ਜੀ ਤੇ ਚੋਰ ਡਰਦੇ ਹੱਥ ਨਹੀਂ ਲਾਉਂਦੇ ਜੀ ਕਿਸੇ ਚੀਜ਼ ਨੂੰ ਜੀ। ਹਾਂਜੀ ਕੇਤਕ ਦਿਨ ਗੁਰ ਕੇ ਲਵਪੁਰ ਮੈਂ, ਕਈ ਦਿਨ ਗੁਰੂ ਕੇ ਲਾਹੌਰ ਦੇ ਵਿੱਚ ਸੰਗਤਾਂ ਰਹੀਆਂ। ਜਿਹੜਾ ਗੁਰੂ ਕਾ ਲਾਹੌਰ ਸੀ ਨਾ ਉਹ ਆਰਜੀ ਸ਼ਹਿਰ ਮਹਾਰਾਜ ਨੇ ਵਸਾਇਆ ਸੀਗਾ ਜੀ, ਆਰਜੀ ਵਸਾਇਆ ਸੀ। ਹਾਂਜੀ ਬਸੇ ਅਨੇਕ ਧਾਰ ਆਨੰਦ ਉਰਮੈ, ਮਹਾਰਾਜ ਦਾ ਬਚਨ ਸੀਗਾ ਵੀ ਸਾਡੇ ਆਨੰਦ ਕਾਰਜ ਤੋਂ ਬਾਅਦ ਇੱਕ ਮਹੀਨਾ ਹੋਰ ਉੱਥੇ ਵਪਾਰ ਚੱਲੇਗਾ ਜੀ। ਸੋ ਇੱਕ ਮਹੀਨਾ ਹੋਰ ਸੰਗਤ ਜੀ ਉੱਥੇ ਵਪਾਰ ਚੱਲਦਾ ਰਿਹਾ। ਹਾਂਜੀ ਖਾਟਿਓ ਲਾਭ ਜਿਤਕ ਵਿਵਹਾਰੂ, ਹਾਂਜੀ ਉਤਸਵ ਜੁਤ ਗੁਰ ਦਰਸ ਨਿਹਾਰੂ, ਤੇ ਬਹੁਤ ਵੱਡਾ ਲਾਭ ਉੱਥੇ ਆਏ ਹੋਏ ਬੰਦਿਆਂ ਨੂੰ ਸਾਧ ਸੰਗਤ ਜੀ ਹੋਇਆ। ਜਿਹੜੇ ਉੱਥੇ ਆਏ ਸੀ ਨਾ ਜੀ ਉਹ ਗੁਰੂ ਸਾਹਿਬ ਦੇ ਭਰੋਸੇ ਤੇ ਆਏ ਸੀ ਸਾਰੇ ਜੀ, ਨਹੀਂ ਤੇ ਆਪਣੇ ਚੱਲਦੇ ਕੰਮ ਕਾਰ ਛੱਡ ਕੇ ਦੂਜੀ ਥਾਂ ਤੇ ਜਾ ਕੇ ਕੰਮ ਕਾਰ ਕਰਨਾ ਬੜਾ ਔਖਾ ਹੁੰਦਾ ਸੰਗਤ ਜੀ। ਉਹ ਗੁਰੂ ਸਾਹਿਬ ਦੇ ਭਰੋਸੇ ਤੇ ਆਏ ਸਨ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਗੁਰੂ ਕੇ ਲਾਹੌਰ ਵਿੱਚ ਜਿੰਨੀ ਸੰਗਤ ਆਈ ਵਪਾਰੀ ਆਏ ਸਾਰਿਆਂ ਨੂੰ ਖੂਬ ਲਾਭ ਹੋਇਆ ਜੀ ਉੱਥੇ। ਹਾਂਜੀ ਕਲਗੀ ਧਰ ਕੋ ਸਸੁਰ ਆਨੰਦਿਓ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸਾਹਿਬ ਜੀ ਦੇ ਸਹੁਰਾ ਜੀ ਬਾਬਾ ਹਰਜਸ ਜੀ ਉਹਨਾਂ ਦੇ ਅੰਦਰ ਬੜਾ ਆਨੰਦ ਉਸ ਦਿਨ ਦਾ ਹੀ ਬੜਾ ਬਣ ਗਿਆ ਜਿਸ ਦਿਨ ਦੀ ਮਾਂ ਜੀਤੋ ਨੂੰ ਗੁਰੂ ਸਾਹਿਬ ਲੈ ਕੇ ਗਏ ਨੇ ਜੀ। ਸੰਗਤ ਜੀ ਮਾਫ ਕਰਿਓ, ਇੰਨੀ ਵੱਡੀ ਰਿਸ਼ਤੇਦਾਰੀ ਪੈਣੀ ਛੋਟੀ ਗੱਲ ਨਹੀਂ ਹੈਗੀ ਜੀ। ਉਹਨਾਂ ਨੂੰ ਅੰਦਰ ਸ਼ੁਕਰ ਵਿੱਚ ਜੁੜ ਗਏ ਸਹੁਰਾ ਸਾਹਿਬ ਮਹਾਰਾਜ ਦੇ ਜੀ। ਹਾਂਜੀ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਆਨੰਦ ਜਿਹੜਾ ਉਹ ਵਸ ਚੁੱਕਿਆ ਜੀ। ਹਾਂਜੀ ਭਰਾਤਨ ਸਹਿਤ ਆਨ ਕਰ ਬੰਦਿਓ, ਉਹ ਆਪਣੇ ਭਰਾਵਾਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਬਾਬਾ ਹਰਜਸ ਜੀ। ਗੁਰੂ ਕੇ ਲਾਹੌਰ ਤੋਂ ਆਨੰਦਪੁਰ ਸਾਹਿਬ ਦੇ ਵਿੱਚ ਆਏ ਜੀ ਉਹ। ਹਾਂਜੀ ਮਹਾਰਾਜ ਕਾਰਜ ਸਭ ਭਇਓ, ਤੇ ਗੱਜ ਕੇ ਆਖੋ ਵਾਹਿਗੁਰੂ। ਹੱਥ ਜੋੜ ਕੇ ਆਖਿਆ ਸਤਿਗੁਰੂ ਬੜੀ ਗਰੀਬ ਨਵਾਜੀ ਕੀਤੀ, ਮਹਾਰਾਜ ਬੜਾ ਤਰਸ ਕੀਤਾ, ਕਾਰਜ ਸਤਿਗੁਰ ਆਪ ਸਵਾਰਿਆ। ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਸਾਰੇ ਕਾਰਜ ਸਵਰ ਗਏ ਨੇ ਸਵਰ ਜੀ। ਆਪਾਂ ਗ੍ਰਸਤੀ ਬੈਠੇ ਆ, ਪਤਾ ਨਹੀਂ ਕਿੰਨੇ ਕੁ ਕੰਮ ਕਾਰ ਆਰੰਭ ਰੱਖਦੇ ਆ, ਤੇ ਸੰਗਤ ਜੀ ਗੁਰੂ ਸਾਹਿਬ ਦੇ ਕੋਲੋਂ ਕਿਰਪਾ ਮੰਗਿਆ ਕਰੋ। ਜਿੱਥੇ ਮਹਾਰਾਜ ਦੀ ਕਿਰਪਾ ਹੁੰਦੀ ਉੱਥੇ ਕਾਰਜ ਸਾਰੇ ਆਪੇ ਹੀ ਸਰ ਜਾਂਦੇ ਬੰਦੇ ਦੇ ਜੀ। ਬਾਬਾ ਹਰਜਸ ਜੀ ਬੜੀ ਅਧੀਨਤਾ ਦੇ ਨਾਲ, ਉਹਨਾਂ ਕਦੀ ਆਪਣੇ ਮਨ ਵਿੱਚ ਇਹ ਭਾਵ ਨਹੀਂ ਸੀ ਧਾਰਿਆ ਵੀ ਮੈਂ ਗੁਰੂ ਸਾਹਿਬ ਮਹਾਰਾਜ ਜੀ ਦਾ ਸਹੁਰਾ ਹਾਂ ਜੀ, ਬਲਕਿ ਆਪਣੇ ਆਪ ਨੂੰ ਸਿੱਖ ਬਣਾ ਕੇ ਰੱਖਿਆ। ਤੇ ਮਾਫ ਕਰਿਓ ਸੰਗਤ ਜੀ, ਰਿਸ਼ਤੇਦਾਰੀ ਪਾਲਣੀ ਤੇ ਸੌਖੀ, ਸਿੱਖੀ ਦਾ ਰਿਸ਼ਤਾ ਨਿਭਾਉਣਾ ਬੜਾ ਔਖਾ ਹੈਗਾ ਜੀ ਗੁਰੂ ਨਾਲ ਜੀ। ਸਿੱਖ ਬਣਾ ਕੇ ਆਪਣੇ ਆਪ ਨੂੰ ਰੱਖਿਆ ਤੇ ਧੰਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਮਹਾਰਾਜ ਕਾਰਜ ਸਭ ਭਇਓ, ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਸਾਰੇ ਕਾਰਜ ਸੰਪੂਰਨ ਹੋ ਗਏ ਹਨ। ਹਾਂਜੀ ਹਿਰਦੇ ਮਨੋਰਥ ਪੂਰਨ ਕੀਓ, ਮੇਰੇ ਹਿਰਦੇ ਦਾ ਜਿਹੜਾ ਮਨੋਰਥ ਸੀ ਉਹ ਕਿਰਪਾ ਕਰਕੇ ਸੱਚੇ ਪਾਤਸ਼ਾਹ ਤੁਸਾਂ ਨੇ ਪੂਰਿਆਂ ਕਰ ਦਿੱਤਾ ਮਹਾਰਾਜ। ਕੀ ਮਨੋਰਥ ਸੀਗਾ? ਵੀ ਮੇਰੀ ਬੱਚੀ ਗੁਰੂ ਕੀ ਦਾਸੀ ਬਣ ਜੇ ਜੀ। ਹਾਂਜੀ ਅਬ ਚਾਹਤ ਸਭ ਸਦਨ ਸਿਧਾਰਾ, ਮਹਾਰਾਜ ਹੁਣ ਸਾਰੀਆਂ ਲਾਹੌਰ ਦੀਆਂ ਸੰਗਤਾਂ ਆਪੋ ਆਪਣੇ ਘਰਾਂ ਵਿੱਚ ਵਾਪਸ ਲਾਹੌਰ ਜਾਣਾ ਚਾਹੁੰਦੀਆਂ ਸੱਚੇ ਪਾਤਸ਼ਾਹ। ਹਾਂਜੀ ਆਪ ਆਪਣੀ ਕਿਰਤ ਸੰਭਾਰਾ, ਸਾਰੇ ਆਪੋ ਆਪਣੀ ਕਿਰਤ ਹੁਣ ਜਾ ਕੇ ਸੰਭਾਲਣਾ ਚਾਹੁੰਦੇ ਨੇ। ਉੱਥੇ ਗੁਰੂ ਕੇ ਲਾਹੌਰ ਵਿੱਚ ਸਾਰੇ ਕੰਮ ਕਾਰ ਛੱਡ ਕੇ ਆਏ ਸੀਗੇ ਜੀ, ਉਸ ਲਾਹੌਰ ਤੋਂ ਗੁਰੂ ਕੇ ਲਾਹੌਰ ਦੇ ਵਿੱਚ ਸਾਰੇ ਪਹਿਲਾਂ ਆਪਣੇ ਪਹਿਲੇ ਕੰਮ ਕਾਰ ਛੱਡ ਕੇ ਆਏ ਸੀਗੇ ਜੀ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਮਹਾਰਾਜ ਸੰਗਤ ਹੁਣ ਜਾ ਕੇ ਕੰਮ ਕਾਰ ਸਾਂਭਣਾ ਚਾਹੁੰਦੀ ਹੈ। ਹਾਂਜੀ ਸੁਣ ਦਇਓ ਹੁਕਮ ਸਭੈ ਤੁਮ ਜਾਵੋ, ਤੇ ਸੱਚੇ ਪਾਤਸ਼ਾਹ ਅਸੀਂ ਤੁਹਾਡਾ ਹੁਕਮ ਉਡੀਕ ਰਹੇ ਹਾਂ,
ਸਾਨੂੰ ਹੁਕਮ ਕਰੋ ਤੇ ਅਸੀਂ ਸੱਚੇ ਪਾਤਸ਼ਾਹ ਹੁਣ ਲਾਹੌਰ ਦੀ ਤਿਆਰੀ ਕਰੀਏ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਕਿੰਨਾ ਭੈ ਜੀ, ਨਹੀਂ ਤੇ ਕੰਮ ਹੋ ਗਿਆ ਫਿਰ ਕੀ ਲੋੜ ਹੈਗੀ ਹੁਕਮ ਦੀ ਜੀ। ਹਾਂਜੀ, ਪਰ ਬਾਬਾ ਹਰਜਸ ਜੀ ਆਪਣੇ ਭਰਾਵਾਂ ਨੂੰ ਲੈ ਕੇ ਚੇਚਾ ਆਏ ਨੇ, ਇਹਦਾ ਮਤਲਬ ਵੀ ਉਹ ਗੁਰੂ ਸਾਹਿਬ ਨੂੰ ਪਰਮੇਸ਼ਰ ਦਾ ਰੂਪ ਸਮਝ ਰਹੇ, ਜਵਾਈ ਭਾਈ ਨਹੀਂ ਸਮਝ ਰਹੇ ਆਪਣਾ ਜੀ। ਮਹਾਰਾਜ ਹੁਣ ਸਾਨੂੰ ਹੁਕਮ ਕਰੋ, ਅਸੀਂ ਸੱਚੇ ਪਾਤਸ਼ਾਹ ਵਾਪਸ ਲਾਹੌਰ ਵਿੱਚ ਜਾ ਕੇ ਵਸੀਏ। ਹਾਂਜੀ, ਸਿਮਰੋ ਸਤਨਾਮ ਸੁਖ ਪਾਵੋ। ਇਹ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ। ਮਹਾਰਾਜ ਕਹਿੰਦੇ ਹਰਜਸ ਜੀ ਸਾਡੀ ਤੇ ਤੁਹਾਡੀ ਪੂਰਬਲੀ ਸਾਂਝ ਹੈ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ, ਹੋਰ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਸਾਡੀ ਪੂਰਬਲੀ ਸਾਂਝ ਹੈ। ਕਹਿਣ ਲੱਗੇ ਤੁਸੀਂ ਤੇ ਅਸੀਂ ਇਹ ਸਿੱਖੀ ਰਿਸ਼ਤੇਦਾਰੀ ਵਿੱਚ ਕਹਿਣ ਲੱਗੇ ਤਬਦੀਲ ਹੋ ਗਈ ਹੈ। ਹੁਣ ਤੁਸੀਂ ਸਾਰੀਆਂ ਲਾਹੌਰ ਦੀਆਂ ਸੰਗਤਾਂ ਨੂੰ ਲੈ ਜਾਓ, ਪਰ ਇੱਕ ਗੱਲ ਦਾ ਚੇਤਾ ਰੱਖਣਾ, ਸਿਮਰੋ ਸਤ ਨਾਮ ਸੁਖ ਪਾਵੋ। ਇਹਨਾਂ ਗੱਲਾਂ ਵੱਲ ਸਾਧ ਸੰਗਤ ਖਾਸ ਧਿਆਨ ਰੱਖਣਾ। ਮਹਾਰਾਜ ਕਹਿੰਦੇ ਲਾਹੌਰ ਤੇ ਚਲੇ ਜਾਓ, ਪਰ ਲਾਹੌਰ ਵਿੱਚ ਜਾ ਕੇ ਵਾਹਿਗੁਰੂ ਜੀ ਦਾ ਨਾਮ ਜਪਿਓ। ਕਹਿਣ ਲੱਗੇ ਸਦਾ ਸੁਖੀ ਰਹੋਗੇ ਤੁਸੀਂ ਸਾਰੇ ਜੀ, ਸਦਾ ਸੁਖੀ ਰਹੋਗੇ। ਸੰਗਤ ਜੀ ਹੈ ਸੁਖ ਹੈ ਹੀ ਨਾਮ ਕਰਕੇ ਹੈ ਜੀ। ਮਹਾਰਾਜ ਕਹਿਣ ਲੱਗੇ ਸੁਖੀ ਰਹੋਗੇ, ਲਾਹੌਰ ਵਿੱਚ ਚਲੇ ਜਾਓ ਤੇ ਲਾਹੌਰ ਵਿੱਚ ਜਾ ਕੇ ਨਾਮ ਜਪਿਆ ਕਰਿਓ ਸਾਰੇ। ਹਾਂਜੀ, ਲਵਪੁਰ ਕੀ ਸੰਗਤ ਸੁਣ ਸਾਰੀ, ਲਾਹੌਰ ਦੀ ਸਾਰੀ ਸੰਗਤ ਨੇ ਜਦੋਂ ਸੁਣਿਆ ਵੀ ਮਹਾਰਾਜ ਨੇ ਹੁਣ ਖੁਸ਼ੇ ਦੇ ਦਿੱਤੇ ਨੇ, ਆਗਿਆ ਮਿਲ ਗਈ ਹੈ ਸਾਨੂੰ। ਹਾਂਜੀ, ਵਸਤ ਸੰਭਾਰ ਕਰੀ ਨਿਜ ਤਿਆਰੀ, ਸਾਰਿਆਂ ਨੇ ਵਸਤੂਆਂ ਸਾਂਭ ਲੀਆਂ ਤੇ ਹੁਣ ਗੁਰੂ ਕੇ ਲਾਹੌਰ ਤੋਂ ਆਪਣੇ ਉਸ ਲਾਹੌਰ ਵਿੱਚ ਜਾਣ ਦੀ ਤਿਆਰੀ ਕਰ ਰਹੇ ਨੇ ਜੀ। ਹਾਂਜੀ, ਘਰ ਘਰ ਬੰਧਨ ਪੰਥ ਪਧਾਰੇ, ਸਾਰੀਆਂ ਸਿੱਖ ਸੰਗਤਾਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੂੰ ਮੱਥਾ ਟੇਕਦੀਆਂ ਨੇ ਜੀ। ਮੱਥਾ ਟੇਕ ਕੇ ਫਿਰ ਸਾਧ ਸੰਗਤ ਜੀ ਆਪਣੇ ਪੰਥ ਵੱਲ ਤੁਰ ਪਈਆਂ ਜੀ, ਲਾਹੌਰ ਵੱਲ ਨੂੰ ਤੁਰ ਪਈਆਂ। ਹਾਂਜੀ, ਤਿੰਨ ਰੋਪੜ ਸਿਰੰਦ ਸੰਧਾਰੇ, ਰੋਪੜ ਤੋਂ ਸਰਹੰਦ ਤੋਂ ਸੰਗਤ ਆਈ ਸੀਗੀ, ਸਾਰੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈ ਕੇ ਹੁਣ ਆਪੋ ਆਪਣੇ ਘਰਾਂ ਨੂੰ ਸਾਧ ਸੰਗਤ ਜੀ ਤੁਰਨਾ ਆਰੰਭ ਕਰ ਦਿੱਤਾ ਸਾਰਿਆਂ ਨੇ। ਹਾਂਜੀ, ਪੁਰ ਹੁਸ਼ਿਆਰ ਗਏ ਚੱਲ ਕੇ ਈ, ਤੇ ਗੁਰਮੁਖੋ ਹੁਣ ਹੁਸ਼ਿਆਰਪੁਰ ਦੀ ਸੰਗਤ ਵੀ ਆਈ ਸੀਗੀ ਜੀ, ਹੁਸ਼ਿਆਰਪੁਰ ਦੀ ਸੰਗਤ ਵੀ ਮਹਾਰਾਜ ਕੋਲੋਂ ਆਗਿਆ ਲੈ ਕੇ ਤੁਰ ਪਈ ਜੀ। ਹਾਂਜੀ, ਕਰਹਿ ਬਾਰਤਾ ਮਿਲ ਮਿਲ ਤੇ, ਸਾਰੇ ਆਪਸ ਵਿੱਚ ਮਿਲ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਕਰ ਰਹੇ। ਗੱਜ ਕੇ ਆਖੋ ਆਨੰਦਪੁਰ ਸਾਹਿਬ ਵਿੱਚ, ਤੇ ਕਹਿੰਦੇ ਬਹੁਤਾ ਹੀ ਆਨੰਦ ਹੈ ਆਨੰਦਪੁਰ ਸਾਹਿਬ ਵਿੱਚ ਜਾ ਕੇ, ਵਾਪਸ ਆਉਣ ਨੂੰ ਜੀ ਨਹੀਂ ਕਰਦਾ ਸਾਡਾ। ਹਾਂਜੀ, ਬਾਰ ਨਿਕਾਸਨ ਤਸਕਰ ਗਹਿਓ, ਹਾਂਜੀ ਵਿਆਹ ਸੋ ਕੌਤਕ ਜੈਸੇ ਲਹਿਓ, ਸਾਰੇ ਆਪਸ ਵਿੱਚ ਬਚਨ ਕਰਦੇ ਵੇਖਿਆ ਉਹ ਮਹਾਰਾਜ ਨੇ ਜਿਹੜਾ ਜਲ ਦਾ ਚਸ਼ਮਾ ਕੱਢਿਆ, ਹੁਣ ਤੱਕ ਉਹ ਜਲ ਦਾ ਚਸ਼ਮਾ ਉਸੇ ਤਰ੍ਹਾਂ ਹੈ। ਚੋਰ ਦੇ ਫੜਨ ਦੀ ਗੱਲ ਸੰਗਤ ਆਪਸ ਵਿੱਚ ਕਰ ਰਹੀ ਹੈ, ਮਤਲਬ ਜਿਹੜਾ ਮਿਲਦਾ ਉਹ ਆਪਸ ਵਿੱਚ ਗੁਰੂ ਸਾਹਿਬ ਦੀ ਗੱਲ ਕਰ ਰਿਹਾ ਜੀ। ਹਾਂਜੀ, ਸੁਣ ਸੁਣ ਅਪਰ ਸਿੱਖ ਹਰ ਖਾਏ, ਹੋਰ ਜਿਹੜੇ ਵਿਆਹ ਵਿੱਚ ਨਹੀਂ ਹੀ ਪਹੁੰਚੇ, ਜਦੋਂ ਉਹ ਆਇਆ ਹੋਇਆ ਦੇ ਕੋਲੋਂ ਬਚਨ ਸੁਣਦੇ ਨਾ ਜੀ, ਉਹ ਕਹਿੰਦੇ ਲੈ ਅਸੀਂ ਤੇ ਰਹਿ ਹੀ ਗਏ, ਸਾਨੂੰ ਵੀ ਜਾਣਾ ਚਾਹੀਦਾ ਹੈਗਾ ਜੀ। ਜਿਹੜੇ ਵਿਆਹ ਵਿੱਚ ਨਹੀਂ ਸੀ ਪਹੁੰਚੇ, ਉਹ ਜਿਹੜੇ ਵਿਆਹ 'ਚ ਦਰਸ਼ਨ ਮੇਲੇ ਕਰਕੇ ਗਏ, ਉਹ ਸਾਰੀ ਗੱਲ ਦੱਸਦੇ ਸੀਗੇ, ਉਹ ਫਿਰ ਪਛਤਾਉਣ ਵੀ ਲੈ ਸਾਨੂੰ ਤੇ ਜਾਣ ਦਾ ਮੌਕਾ ਹੀ ਨਹੀਂ ਮਿਲਿਆ, ਸਾਨੂੰ ਵੀ ਜਾਣਾ ਚਾਹੀਦਾ ਸੀਗਾ। ਹਾਂਜੀ, ਗੁਰ ਕੇ ਕੁਛ ਅਚਰਜ ਨਹਿ ਪਾਏ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਵੱਡੀ ਵਡਿਆਈ ਸਾਰੇ ਜਾਣ ਰਹੇ ਨੇ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਮਰ ਤੇ ਛੋਟੀ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਹਨ ਪੂਰੇ ਜੀ। ਹਾਂਜੀ, ਚਾਹੇ ਸੋ ਕਰੇ ਸ਼ਕਤ ਸਭ ਧਾਰੀ, ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੋ ਚਾਹੁਣ ਉਹ ਕਰ ਸਕਦੇ ਨੇ ਜੀ। ਉਹ ਜੋ ਚਾਹੁਣ, ਕਿਉਂ ਇੰਨਾ ਵੱਡਾ ਲਾਹੌਰ ਮਹਾਰਾਜ ਨੇ ਕੁਝ ਸਮੇਂ 'ਚ ਹੀ ਵਸਾ ਦਿੱਤਾ ਸੀਗਾ ਜੀ। ਹਾਂਜੀ, ਫਿਰ ਹੋਰ ਬੜੇ ਕਾਰਨਾਮੇ ਮਹਾਰਾਜ ਨੇ ਕਰਕੇ ਵਿਖਾਏ, ਗੰਗਾ ਜਮਨਾ ਸਰਸਵਤੀ ਇੱਕ ਥਾਂ 'ਤੇ ਪ੍ਰਗਟ ਕਰਕੇ ਮਹਾਰਾਜ ਨੇ ਦੱਸ ਦਿੱਤੀ ਜੀ। ਸਾਰੀਆਂ ਸੰਗਤਾਂ ਆਪਸ ਵਿੱਚ ਵਿਚਾਰ ਕਰਦੀਆਂ, ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਚਾਹੁਣ ਉਹ ਕਰ ਸਕਦੇ ਹਨ। ਹਾਂਜੀ, ਨਹਿ ਕੁਛ ਅਟਕੈ ਜਿਨੋਂ ਅਗਾਰੀ, ਉਹਨਾਂ ਦੇ ਅੱਗੇ ਕੋਈ ਚੀਜ਼ ਵੀ ਅਟਕ ਨਹੀਂ ਸਕਦੀ। ਗੱਜ ਕੇ ਆਖੋ, ਮਹਾਰਾਜ ਦੇ ਅੱਗੇ ਕੋਈ ਚੀਜ਼ ਵੀ ਅਟਕ ਨਹੀਂ ਸਕਦੀ ਜੀ, ਜੋ ਚਾਹੁਣ ਉਹ ਕਰ ਸਕਦੇ ਹਨ।
ਪੁਰ ਪੁਰ ਗ੍ਰਾਮ ਗ੍ਰਾਮ ਘਰ ਘਰ ਮੈਂ ਨਗਰ ਨਗਰ ਪਿੰਡ ਪਿੰਡ ਵਿੱਚ ਤੇ ਸਾਧ ਸੰਗਤ ਘਰ ਘਰ ਦੇ ਵਿੱਚ ਕੀਰਤ ਕਰਤ ਹਰਖ ਉਰ ਉਰ ਮੈਂ ਤੇ ਪਿੰਡ ਪਿੰਡ ਵਿੱਚ ਘਰ ਘਰ ਵਿੱਚ ਹਰ ਕੋਈ ਦਸਵੇਂ ਪਾਤਸ਼ਾਹ ਮਹਾਰਾਜ ਦੀਆਂ ਸਿਫਤਾਂ ਕਰ ਰਿਹਾ ਹੈ। ਗੱਜ ਕੇ ਆਖੋ ਹਰ ਕੋਈ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਧੰਨ ਧੰਨ ਕਹਿ ਰਿਹਾ। ਆਓ ਬੜੇ ਪਿਆਰ ਨਾਲ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਗੁਰੂ ਸਾਹਿਬ ਨੇ ਵੇਖੋ ਸਾਡੇ ਤੇ ਕਿੰਨੀ ਕਿਰਪਾ ਕੀਤੀ, ਆਪਣੇ ਸਾਰਿਆਂ ਦੀ ਆਵਾਜ਼ ਨਾ ਜੀ, ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਜਿਹੜੇ ਗੁਰੂ ਕੇ ਸਿੱਖ ਉਹਨਾਂ ਦੇ ਘਰ ਘਰ ਵਿੱਚ ਗੂੰਜਣੀ ਹੈ ਜੀ, ਆਪਾਂ ਸਾਰਿਆਂ ਦੀ ਆਵਾਜ਼ ਨਾ ਜੀ ਉਹਨਾਂ ਦੇ ਘਰਾਂ ਵਿੱਚ ਗੂੰਜਣੀ ਹੈ ਗੂੰਜਣੀ। ਹਾਂਜੀ, ਅਤੇ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਕੀ ਕਥਾ ਸੁਣ ਰਹੇ ਗੁਰੂ ਕੇ ਸਿੱਖ, ਜਦੋਂ ਉਹਨਾਂ ਟੀ ਵੀ ਚੈਨਲ ਲਾਉਣਾ ਅਤੇ ਤੁਹਾਡੀ ਆਵਾਜ਼ ਉਹਨਾਂ ਦੀਆਂ ਕੰਧਾਂ ਨਾਲ ਟਕਰਾਉਣ ਤਾਂ ਉਹਨਾਂ ਦੇ ਘਰ ਪਵਿੱਤਰ ਹੋ ਜਾਣ। ਸੰਗਤ ਜੀ, ਮਹਾਰਾਜ ਦੀ ਕੀਰਤੀ 'ਚ ਬੜੀ ਵੱਡੀ ਤਾਕਤ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸਿਫਤਾਂ 'ਚ ਬੜੀ ਵੱਡੀ ਤਾਕਤ ਹੈ। ਆਓ ਬੜੇ ਪਿਆਰ ਨਾਲ ਗੱਜ ਕੇ ਸਾਰੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਕਿਉਂਕਿ ਵਿਆਹ ਵਾਲੀ ਕਥਾ ਸੁਣੀ ਹੈ ਜਾਂ ਹੋਰ ਆਪਾਂ ਕਥਾਵਾਂ ਸੁਣੀਆਂ ਨੇ, ਪਰ ਸੰਗਤ ਜੀ ਇੱਕ ਗੱਲ ਦਾ ਚੇਤਾ ਰੱਖੋ, ਸਰੀਰ ਪੰਜ ਤੱਤਾਂ ਦਾ ਭਾਵੇਂ ਹੈਗਾ ਜੀ, ਪਰ ਉਸ ਸਰੀਰ ਵਿੱਚ ਪ੍ਰਤੱਖ ਰੱਬ ਆਪ ਵਰਤ ਰਿਹਾ ਹੈ। ਸੀਸ ਤੋਂ ਲੈ ਕੇ ਚਰਨਾਂ ਤੱਕ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਰੇ ਸਰੀਰ ਵਿੱਚ ਬਖਸ਼ਿਸ਼ਾਂ ਵਰਤ ਰਹੀਆਂ ਨੇ ਜੀ। ਉਹਨਾਂ ਬਖਸ਼ਿਸ਼ਾਂ ਦੇ ਸਾਹਮਣੇ ਜਿਹੜਾ ਆ ਗਿਆ ਜੀ, ਇਹ ਸੰਸਾਰ ਵਿੱਚ ਜਿੰਨੇ ਅੱਗੇ ਝੋਲੀ ਕਰ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੀ ਝੋਲੀ ਲਭਾ ਲਭ ਖੁਸ਼ੀਆਂ ਦੇ ਨਾਲ ਭਰ ਦਿੱਤੀ ਜੀ। ਭਾਈ ਨੰਦ ਲਾਲ ਜੀ ਕਹਿੰਦੇ, ਸਿੱਖੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਆਏ ਨੇ। ਕਹਿਣ ਲੱਗੇ ਤੇ ਕੱਲਾ ਉਹ ਨਹੀਂ ਵੀ 42 ਸਾਲ ਭਰੀਆਂ ਜੀ, ਨਹੀਂ ਗੁਰਮੁਖੋ, ਅੱਜ ਵੀ ਦਸਵੇਂ ਪਾਤਸ਼ਾਹ ਨੂੰ ਪਿਆਰ ਨਾਲ ਕਰੋ ਯਾਦ, ਮਹਾਰਾਜ ਦਾ ਧਰੋ ਧਿਆਨ ਤੇ ਗੁਰੂ ਜੀ ਨੂੰ ਯਾਦ ਕਰੋ। ਅੱਜ ਵੀ ਰਹਿਮਤ ਦਾ ਕਿਣਕਾ ਸੱਚੇ ਪਾਤਸ਼ਾਹ ਆਪਣੇ ਸਿੱਖ ਤੇ ਵਰਤਾ ਦਿੰਦੇ ਨੇ ਜੀ। ਅੱਜ ਵੀ ਰਹਿਮਤਾਂ ਦੇ ਨਾਲ ਗੁਰੂ ਸਾਹਿਬ ਦੇ ਦਰ ਤੇ ਝੋਲੀ ਭਰ ਜਾਂਦੀ ਜੀ। ਹਾਂਜੀ, ਇਸ ਕਰਕੇ ਪੂਰੀ ਭਾਵਨਾ ਨਾਲ ਸਤਿਗੁਰੂ ਦੀ ਗੱਲ ਸੁਣਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਵੰਡਣ ਆਏ ਨੇ ਸੱਚੇ ਪਾਤਸ਼ਾਹ। ਆਓ ਪ੍ਰੇਮ ਨਾਲ ਸਾਰੇ ਗੱਜ ਕੇ ਕਹੋ
पुर पुर ग्राम ग्राम घर घर मैं कीरत करत हरख उर धर मैं पिंड पिंड विच नगर नगर विच घर घर विच जिन्हां जिन्हां ने महाराज सच्चे पातशाह जी दी कीरती कीती उन्हां दे जन्म सफले हो गए संगत जी जन्म सफले हो गए जी। आओ फिर गज के कह दियो धन गुरु गोबिंद सिंह साहिब 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 हर किसी ने हजूर सच्चे पातशाह महाराज दी सिफत कीती दे कर दरब सर्ब बेदियन ते बेदी गुरु नानक साहिब जी दी कुल दे ਉਹਨਾਂ ਵੀ ਮਹਾਰਾਜ ਦੇ ਵਿਆਹ ਵਿੱਚ ਹਾਜ਼ਰੀ ਭਰੀ ਸੀ ਉਹਨਾਂ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਖੁਸ਼ੇ ਮੰਗੇ ਵੀ ਮਹਾਰਾਜ ਹੁਣ ਸਾਨੂੰ ਵੀ ਖੁਸ਼ੇ ਦਿਓ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੇ ਬੇਦੀ ਜਦੋਂ ਤੁਰਨ ਲੱਗੇ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਸਰੋਪੇ ਦਿੱਤੇ ਮਾਇਆ ਦਿੱਤੀ ਸੱਚੇ ਪਾਤਸ਼ਾਹ ਨੇ ਹਾਂਜੀ ਵਿਦਾ ਕਰੇ ਪਗ ਮਗ ਮਹਿਦੀਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਖੁਸ਼ੀ ਖੁਸ਼ੀ ਉਹਨਾਂ ਨੂੰ ਵਿਦਾ ਕੀਤਾ ਪੁੰਨ ਸ਼੍ਰੀ ਅੰਗਦ ਕੁੱਲ ਕੇ ਜਈ ਫਿਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਕੁੱਲ ਦੇ ਵੀਰ ਸਿੱਖ ਭੈਣ ਭਰਾ ਸਾਰੇ ਉਹ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਖੁਸ਼ੇ ਦਿਓ ਅਸੀਂ ਵੀ ਖਡੂਰ ਸਾਹਿਬ ਜਾਣਾ ਹਾਂਜੀ ਜਥਾ ਜੋਗ ਲੈ ਗਮਨੇ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਵੀ ਮਾਇਆ ਦਿੱਤੀ ਗੱਜ ਕੇ ਆਖੋ ਹਾਂਜੀ ਜਿੱਥੇ ਆਏ ਗਏ ਦਾ ਗੁਰਮੁਖੋ ਗੱਲਬਾਤ ਪ੍ਰੇਮ ਨਹੀਂ ਹੁੰਦੀ ਸਿਆਣੇ ਕਹਿੰਦੇ ਉੱਥੇ ਜਾਣ ਦਾ ਬਹੁਤਾ ਲਾਭ ਨਹੀਂ ਹੁੰਦਾ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਸਾਰਿਆਂ ਦਾ ਮਾਣ ਸਤਿਕਾਰ ਕਰਕੇ ਉਹਨਾਂ ਨੂੰ ਭੇਜ ਰਹੇ ਨੇ ਹਾਂਜੀ ਸ਼੍ਰੀ ਗੁਰੂ ਅਮਰਦਾਸ ਕੀ ਅੰਸ਼ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ ਉਹ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਸਾਨੂੰ ਵੀ ਖੁਸ਼ੇ ਦੇ ਦਿਓ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਛੁੱਟੀਆਂ ਦਿੱਤੀਆਂ ਆਗਿਆ ਦਿੱਤੀ ਮਹਾਰਾਜ ਨੇ ਉਹਨਾਂ ਨੂੰ ਵੀ ਹਾਂਜੀ ਉੱਜਲ ਮਤ ਜਿਨ ਹੋਏ ਜਿਮ ਹੰਸ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ਼ ਦੀ ਬੜੀ ਉੱਜਲ ਮਤ ਹੈ ਬੜੀ ਨਿਮਰਤਾ ਵਾਲੀ ਅੰਸ਼ ਬੰਸ਼ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਵਾਰੀ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਕਹਿਣ ਲੱਗੇ ਬਹੁਤ ਲੰਮਾ ਸਮਾਂ ਹੋ ਗਿਆ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ਼ ਦੇ ਦਰਸ਼ਨ ਨਹੀਂ ਕੀਤੇ ਕਹਿਣ ਲੱਗੇ ਮਹਾਰਾਜ ਨੇ ਪਾਲਕੀ ਸਾਹਿਬ ਦਿੱਤੀ ਮਹਾਰਾਜ ਕਹਿੰਦੇ ਜਾਓ ਗੋਇੰਦਵਾਲ ਸਾਹਿਬ ਵਿੱਚੋਂ ਨਾ ਜਿਹੜੇ ਇਸ ਸਮੇਂ ਮੁਖੀ ਉਹਨਾਂ ਨੂੰ ਲੈ ਕੇ ਆਓ ਜੀ ਉਹਨਾਂ ਨੂੰ ਲਿਆ ਕੇ ਮਹਾਰਾਜ ਨੇ ਬੜਾ ਸਤਿਕਾਰ ਕੀਤਾ ਪਤਾ ਕਿਉਂ ਜੀ ਇੱਕ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ਼ ਹੈ ਜਿਹਨੇ ਦੂਸਰੀ ਗੱਦੀ ਨਹੀਂ ਸੀ ਲਾਈ ਜੀ ਸੰਗਤ ਜੀ ਜਿਹੜੇ ਸੇਵਕ ਬਣ ਕੇ ਹੀ ਰਹੇ ਸੰਗਤ ਜੀ ਸੇਵਕ ਬਣ ਕੇ ਜਿਹਨਾਂ ਕਦੀ ਦਾਅਵਾ ਨਹੀਂ ਕੀਤਾ ਵੀ ਸਾਨੂੰ ਗੁਰੂ ਬਣਨਾ ਚਾਹੀਦਾ ਜੀ ਬਾਬਾ ਮੋਹਨ ਜੀ ਆਪਣੇ ਆਨੰਦ ਵਿੱਚ ਰਹਿੰਦੇ ਸੀਗੇ ਅਤੇ ਬਾਬਾ ਮੋਹਰੀ ਜੀ ਦੀ ਬਿਰਤੀ ਸੰਸਾਰ ਵਾਲੀ ਸੀਗੀ ਉਹਨਾਂ ਕਿਤੇ ਵੀ ਗੁਰੂ ਬਣਨ ਦਾ ਸ਼ੌਂਕ ਨਹੀਂ ਜ਼ਾਹਰ ਕੀਤਾ ਜੀ ਨਿਮਰਤਾ ਦੇ ਵਿੱਚ ਰਹੇ ਇਸ ਕਰਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ਼ ਦਾ ਬੜਾ ਸਤਿਕਾਰ ਕਰਦੇ ਸਨ ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨਿਮਰਤਾ ਵਿੱਚ ਰਹਿਣ ਵਾਲੇ ਕੁਝ ਨਾ ਕੁਝ ਖੱਟ ਹੀ ਲੈਂਦੇ ਜੀ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ਼ ਆਈ ਮਹਾਰਾਜ ਬੈਠੇ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ਼ ਜਿਨ੍ਹਾਂ ਦੀ ਮਤ ਬਹੁਤ ਉੱਤਮ ਹੈ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਆਗਿਆ ਮੰਗੀ ਮਹਾਰਾਜ ਸਾਨੂੰ ਵੀ ਆਗਿਆ ਦਿਓ ਹਾਂਜੀ ਸਾਦਰ ਦੇਤ ਵਿਸਰਜਨ ਕੀਨੇ ਉਹਨਾਂ ਨੂੰ ਵੀ ਜਿੰਨੇ ਨਾਲ ਆਏ ਸੀ ਮਹਾਰਾਜ ਨੇ ਉਹਨਾਂ ਸਾਰਿਆਂ ਨੂੰ ਮਾਇਆ ਦਿੱਤੀ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਬੜੀਆਂ ਖੁਸ਼ੀਆਂ ਨਾਲ ਵਿਦਾ ਕੀਤਾ ਵਿਆਹ ਸਰਾਹਤ ਚਲੇ ਪਰਬੀਨੇ ਉਹ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਬੰਸ਼ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ਼ ਬੰਸ਼ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ਼ ਸਾਰੇ ਆਪੋ ਆਪਣੇ ਘਰਾਂ ਨੂੰ ਜਾ ਰਹੇ ਤੇ ਰਸਤੇ ਵਿੱਚ ਵਿਆਹ ਦੀਆਂ ਤਰੀਫਾਂ ਕਰਦੇ ਹੋਏ ਜਾ ਰਹੇ ਨੇ ਜੀ ਉਹ ਜਿੰਨਿਆਂ ਨੇ ਤੁਸਾਂ ਨੇ ਉਦਣ ਵਿਆਹ ਦੇ ਦਰਸ਼ਨ ਕੀਤੇ ਉਹ ਮੇਰੇ ਖਿਆਲ ਨਾਲ ਹੁਣ ਵੀ ਜੇ ਕਿਸੇ ਨਾਲ ਗੱਲ ਕਰ ਲਈ ਤਾਂ ਉਹਨੇ ਸੁਣਦਿਆਂ ਸਾਰੀ ਗੱਲ ਕਰਦਿਆਂ ਸਾਰੀ ਖੁਸ਼ ਹੋਣਾ ਸ਼ੁਰੂ ਹੋ ਜਾਣਾ ਜੀ ਕਿਉਂ ਉਹ ਆਨੰਦ ਹੀ ਮਹਾਰਾਜ ਦੀ ਮੇਰੇ ਨਾਲ ਵਿਆਹ ਦੇ ਇੰਨੇ ਸੀਗੇ ਜੀ ਉਹ ਜਿਹਦੇ ਨਾਲ ਗੱਲ ਕਰ ਲਈਏ ਜੀ ਕਹਿੰਦਾ ਜੀ ਉਦਣ ਤਾਂ ਗੱਲ ਹੀ ਵੱਖਰੀ ਹੀ ਕਹਿਣ ਲੱਗੇ ਹਾਂਜੀ ਇਸੇ ਤਰ੍ਹਾਂ ਜੇ ਸਾਰੇ ਘਰਾਂ ਨੂੰ ਜਾ ਰਹੇ ਨੇ ਮੇਲ ਵਿਦਾ ਹੋ ਰਿਹਾ
ਤੇ ਹਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਕਰਦਾ ਹੋਇਆ ਜਾ ਰਿਹਾ। ਹਾਂਜੀ, ਮਾਝੇ ਦੇਸ਼ ਸੰਗਤਾਂ ਸਾਰੀ, ਮਾਝੇ ਦੀਆਂ ਸੰਗਤਾਂ, ਅੰਮ੍ਰਿਤਸਰ ਵਾਲੇ ਦੀਆਂ ਇਲਾਕੇ ਦੀਆਂ, ਇੱਧਰ ਸਾਰੇ ਇਲਾਕੇ ਦੀਆਂ ਸੰਗਤਾਂ। ਹਾਂਜੀ, ਦੁਨੀ ਚੰਦ ਕੋ ਕਰੇ ਅਗਾਰੀ, ਦੁਨੀ ਚੰਦ ਨੂੰ ਅੱਗੇ ਲਾਇਆ ਵੀ ਮੰਗ ਖੁਸ਼ੇ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ, ਦੁਨੀ ਚੰਦ ਜੀ ਹੋਣਾ ਮਹਾਰਾਜ ਕੋਲੋਂ ਖੁਸ਼ੇ ਮੰਗੇ। ਹਾਂਜੀ, ਹੱਥ ਜੋੜ ਸਭ ਅਰਜ਼ ਗੁਜ਼ਾਰੀ, ਹੱਥ ਜੋੜ ਕੇ ਸਾਰਿਆਂ ਨੇ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੋਲੋਂ। ਹਾਂਜੀ, ਪ੍ਰਭੂ ਜੀ ਕਰੋ ਖੁਸ਼ੀ ਹਮ ਤਿਆਰੀ, ਮਹਾਰਾਜ ਸਾਨੂੰ ਵੀ ਖੁਸ਼ੀ ਦੇ ਦਿਓ, ਫਿਰ ਸਾਡੀ ਵੀ ਤਿਆਰੀ ਹੈ ਸੱਚੇ ਪਾਤਸ਼ਾਹ। ਹਾਂਜੀ, ਸਰੋ ਪਾਓ ਸਭ ਕੋ ਤਬ ਦੀਨੇ, ਮਾਝੇ ਵਾਲਿਆਂ ਵੀ ਬੜੀ ਸੇਵਾ ਕੀਤੀ ਸੀਗੀ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਸਰੋਪੇ ਦਿੱਤੇ ਜੀ ਇਹਨਾਂ ਨੂੰ। ਹਾਂਜੀ, ਗੁਰ ਘਰ ਕੋ ਲੈ ਸਿਰ ਧਰ ਲੀਨੇ, ਤੇ ਗੁਰੂ ਸਾਹਿਬ ਕੋਲੋਂ ਸਰੋਪੇ ਲੈ ਕੇ ਸੀਸ ਤੇ ਸਜਾਏ ਸਿੱਖ ਸੰਗਤਾਂ ਨੇ। ਹਾਂਜੀ, ਸੁਜਸ ਉਚਾਰਤ ਗਮਨੇ ਦੇ, ਹਰ ਕੋਈ ਸਿੱਖ ਆਪਣੇ ਆਪਣੇ ਦੇਸ਼ ਵਿੱਚ ਵਾਪਸ ਜਾ ਰਿਹਾ ਤੇ ਮਹਾਰਾਜ ਦੀ ਤਾਰੀਫ ਕਰਦਾ ਹੋਇਆ ਜਾ ਰਿਹਾ। ਮਹਾਰਾਜ ਨੇ ਸਾਰਿਆਂ ਨੂੰ ਨਾਲ ਭਾਜੀ ਵੀ ਨਾਲ ਦਿੱਤੀ ਜੀ, ਗੱਜ ਕੇ ਆਖੋ। ਉਹ ਜਿੰਨੀਆਂ ਵਿਆਹ ਵਿੱਚ ਸੰਗਤਾਂ ਆਈਆਂ, ਮਹਾਰਾਜ ਨੇ ਭਾਜੀ ਵੀ ਨਾਲ ਦੇ ਕੇ ਤੋਰਿਆ ਉਹਨਾਂ ਨੂੰ, ਮਠਿਆਈਆਂ, ਅੰਨ, ਵਸਤਰ ਸਾਰਾ ਕੁਝ ਦੇ ਕੇ ਤੋਰਿਆ ਸੱਚੇ ਪਾਤਸ਼ਾਹ ਨੇ। ਹਾਂਜੀ, ਧੰਨ ਗੁਰੂ ਜਿਨ ਚਲਤ ਵਿਸ਼ੇਸ਼, ਹਰ ਕੋਈ ਦਸਵੇਂ ਪਾਤਸ਼ਾਹ ਨੂੰ ਧੰਨ ਕਹਿ ਰਿਹਾ, ਧੰਨ ਸੱਚੇ ਪਾਤਸ਼ਾਹ ਮਹਾਰਾਜ, ਇਹੋ ਜਿਹਾ ਵਿਆਹ ਵਿਖਾਇਆ ਜਿਹੜਾ ਅੱਗੇ ਕਦੀ ਨੀ ਵੇਖਿਆ ਸੱਚੇ ਪਾਤਸ਼ਾਹ, ਇੰਨਾ ਸੁੱਖ, ਇੰਨਾ ਆਨੰਦ, ਇੰਨੀਆਂ ਖੁਸ਼ੀਆਂ। ਹਾਂਜੀ, ਇਸੀ ਰੀਤ ਕੇ ਅਨੇਕ ਮਸੰਦ, ਇਸ ਤਰੀਕੇ ਨਾਲ ਅਨੇਕਾਂ ਹੀ ਮਸੰਦ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਹੌਲੀ ਹੌਲੀ ਆਗਿਆ ਮੰਗ ਰਹੇ ਨੇ। ਹਾਂਜੀ, ਸਿੱਖ ਸੰਗਤਾਂ ਜਿਨਹੋ ਬਿਲੰਦ, ਤੇ ਗੁਰੂ ਕੀਆਂ ਸਿੱਖ ਸੰਗਤਾਂ ਉਹ ਵੀ ਮਹਾਰਾਜ ਕੋਲੋਂ ਆਗਿਆ ਮੰਗ ਰਹੀਆਂ, ਮਹਾਰਾਜ ਸਭ ਨੂੰ ਵਿਦਾ ਕਰ ਰਹੇ, ਸਭ ਨੂੰ ਭਾਜੀ ਦੇ ਕੇ ਤੋਰ ਰਹੇ ਨੇ, ਜਿਹਨੂੰ ਕਿਸੇ ਨੂੰ ਬਸਤਰ ਦੇਣੇ ਬਸਤਰ ਦੇ ਕੇ ਤੋਰ ਰਹੇ। ਤੁਸੀਂ ਸਿਆਣੇ ਬੈਠੇ ਹੋ, ਵਿਆਹ ਵਿੱਚ ਜਦੋਂ ਕੋਈ ਲੰਮਾ ਸਮਾਂ ਆ ਕੇ ਰਹਿੰਦਾ ਤੁਹਾਨੂੰ ਖਾਲੀ ਨਹੀਂ ਤੋਰੀਦਾ, ਗੱਜ ਕੇ ਆਖੋ। ਜਦੋਂ ਫਿਰ ਉਹਨੇ ਵਾਪਸ ਜਾਣਾ ਹੁੰਦਾ ਘਰ, ਤੁਹਾਨੂੰ ਕੁਝ ਦੇ ਕੇ ਤੋਰੀਦਾ ਜੀ। ਬਖਸ਼ਿਸ਼ਾਂ ਤਾਂ ਚਲੋ ਦੇ ਹੀ ਰਹੇ ਨੇ ਸੱਚੇ ਪਾਤਸ਼ਾਹ, ਪਰ ਨਾਲ ਨਾਲ ਦੁਨਿਆਵੀ ਧਨ ਵੀ ਮਹਾਰਾਜ ਵੰਡ ਰਹੇ ਸੱਚੇ ਪਾਤਸ਼ਾਹ। ਹਾਂਜੀ, ਸਭ ਕੋ ਸਿਰ ਪਾਓ ਕੋ ਲੈ ਕੇ, ਗਮਨੇ ਨਿਜ ਦੇਸ਼ਨ ਹਰ ਖਾ ਕੇ, ਸਰੋਪੇ ਲੈ ਕੇ ਸਾਰੇ ਖੁਸ਼ੀ ਖੁਸ਼ੀ ਆਪਣੇ ਦੇਸ਼ਾਂ ਨੂੰ ਗਏ, ਆਪਣੇ ਘਰਾਂ ਨੂੰ ਗਏ ਜੀ। ਹਾਂਜੀ, ਲੰਮੇ ਘੇਪ ਜੇ ਨੰਦੀ ਆਦ, ਕਾਬਲ ਨਰ ਪਸ਼ੌਰ ਅਹਿਲਾਦ, ਇੱਥੋਂ ਤੱਕ ਕਾਬਲ ਤੋਂ ਸੰਗਤਾਂ ਆਈਆਂ ਹੋਈਆਂ ਸੀ ਮਾਤਾ ਦੀ ਸ਼ਾਦੀ ਵਿੱਚ ਜੀ। ਕਾਬਲ ਤੋਂ ਲਹਿੰਦਾ ਪਾਕਿਸਤਾਨ ਵਾਲਾ ਪਾਸਾ ਜਿਹੜਾ ਜੀ, ਧੰਨੀ, ਘੇਪ, ਪਿਸ਼ੌਰ, ਇਹਨਾਂ ਥਾਵਾਂ ਤੋਂ ਵੀ ਬੜੀ ਦੂਰ ਦੂਰ ਤੋਂ ਸੰਗਤ ਆਈ ਹੋਈ ਸੀਗੀ ਜੀ। ਹਾਂਜੀ, ਜੇ ਸ਼ਿਕਾਰਪੁਰ, ਬਲਖ ਬੁਖਾਰਾ, ਸ਼ਿਕਾਰਪੁਰ, ਬਲਖ ਬੁਖਾਰਾ, ਹਾਂਜੀ, ਸੰਗਤ ਆਵਤ ਜਾਤ ਹਜ਼ਾਰਾਂ, ਹਜ਼ਾਰਾਂ ਸੰਗਤਾਂ ਉੱਥੋਂ ਆ ਰਹੀਆਂ ਤੇ ਜਾ ਰਹੀਆਂ, ਹਰ ਕੋਈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਰਿਹਾ ਜੀ। ਹਾਂਜੀ, ਨਗਰ ਤੁਲੰਬਾ ਅਰ ਮੁਲਤਾਨ, ਮੁਲਤਾਨ ਤੋਂ, ਤੁਲੰਬੇ ਤੋਂ, ਇਹਨਾਂ ਸਾਰੇ ਦੇਸ਼ਾਂ ਤੋਂ ਗੁਰੂ ਕੀ ਸੰਗਤ ਮਹਾਰਾਜ ਦੀ ਹਾਜ਼ਰੀ ਚ ਆਈ ਤੇ ਸਾਰੇ ਮਹਾਰਾਜ ਕੋਲੋਂ ਆਗਿਆ ਲੈ ਰਹੇ। ਹੁਣ ਤੁਸੀਂ ਖੁਦ ਹਿਸਾਬ ਲਾਓ ਵੀ ਕਿੰਨਾ ਵੱਡਾ ਤੇਜ ਪ੍ਰਤਾਪ ਹੋਏਗਾ ਸੱਚੇ ਪਾਤਸ਼ਾਹ ਦਾ ਜੀ, ਕਿੱਥੋਂ ਕਿੱਥੋਂ ਸੰਗਤਾਂ ਆ ਕੇ ਹਾਜ਼ਰੀ ਭਰੀਆਂ ਵਿਆਹ ਵਿੱਚ। ਹਾਂਜੀ, ਨਿਕਟ ਦੂਰ ਗੰਨੀਏ ਕਿਤ ਆਨ, ਕਈ ਤੇ ਦੂਰ ਦੇ ਸਨ, ਕਈ ਬਹੁਤ ਦੂਰ ਦੇ ਸਨ ਜੀ, ਕਈ ਨੇੜੇ ਦੇ ਸਨ ਜੀ, ਸਾਰਿਆਂ ਨੇ ਵਿਆਹ 'ਚ ਹਾਜ਼ਰੀ ਭਰੀ ਤੇ ਕੱਲ ਹੀ ਇੱਕ ਸਿੰਘ ਇੱਥੇ ਆਉਂਦੇ ਹੁੰਦੇ ਡਾਕਟਰ ਜੀ, ਉਹ ਕਹਿ ਰਹੇ, ਕਹਿਣ ਲੱਗੇ ਵੀ ਇਹ ਤੇ ਜਿਹਨੂੰ ਜਿਹਨੂੰ ਮਹਾਰਾਜ ਨੇ ਵਿਆਹ ਵਿਖਾਉਣਾ ਸੀ ਉਹਨੂੰ ਦੂਰੋਂ ਦੂਰੋਂ ਸੱਦ ਕੇ ਵਿਖਾ ਲਿਆ। ਕਹਿਣ ਲੱਗੇ, ਮੈਂ ਕਿਹਾ ਜੀ ਗੱਲ ਤੇ ਤੁਹਾਡੀ ਸੱਚੀ ਹੈ, ਜਿਨ੍ਹਾਂ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਵਿਆਹ ਦੇ ਆਨੰਦ ਕਾਰਜ ਦੇ ਦਰਸ਼ਨ ਕਰਾਉਣੇ, ਵਾਕਈ ਕਈ ਦੂਰੋਂ ਦੂਰੋਂ ਆਏ ਸੀਗੇ ਜੀ, ਕਈ ਐਸੇ ਵੀ ਆਏ ਸਨ ਜਿਨ੍ਹਾਂ ਦੇ ਅਸੀਂ ਪਹਿਲੀ ਵਾਰੀ ਦਰਸ਼ਨ ਕੀਤੇ ਸੀਗੇ ਜੀ। ਹਾਂਜੀ, ਅੱਗੇ ਕਦੀ ਦਰਸ਼ਨ ਨਹੀਂ ਉਹਨਾਂ ਦੇ ਕੀਤੇ ਜੀ, ਅਤੇ ਹੋ ਸਕਦਾ ਕੋਈ ਰੋਜ਼ ਆਉਣ ਵਾਲਾ ਵੀ ਰਹਿ ਗਿਆ ਹੋਵੇ ਜੀ, ਇਹ ਵੀ ਨਹੀਂ ਪਤਾ ਜੀ। ਭਾਵ ਜਿਹਨੂੰ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਰਜ ਆਪਣਾ ਵਿਖਾਉਣਾ ਸੀ ਉਹਨੂੰ ਦਰਸ਼ਨ ਕਰਾਏ ਮਹਾਰਾਜ ਸੱਚੇ ਪਾਤਸ਼ਾਹ ਨੇ। ਹਾਂਜੀ, ਪੂਰਬ ਦੇਸ਼ ਕਾਮਰੂ ਆਦ, ਢਾਕਾ, ਕਾਸ਼ੀ, ਫਰਕਾਬਾਦ, ਢਾਕੇ ਤੋਂ ਸੰਗਤਾਂ ਆਈਆਂ ਹੋਈਆਂ ਸਨ, ਕਾਸ਼ੀ ਤੋਂ ਸੰਗਤਾਂ ਆਈਆਂ ਹੋਈਆਂ ਸਨ। ਹਾਂਜੀ, ਪਟਨਾਪੁਰ, ਮਕਸੂਦਾਬਾਦ, ਪੁਰ ਬਹੁਰਾਨ, ਅਕਬਰਾਬਾਦ, ਜੈ ਗੁਰਮੁਖੋ, ਮਹਾਰਾਜ ਸਾਹਿਬ ਜੀ ਦੇ ਪਵਿੱਤਰ ਅਸਥਾਨ ਆਗਮਨ ਅਸਥਾਨ ਪਟਨਾ ਸਾਹਿਬ ਤੋਂ ਵੀ ਸੰਗਤ ਆਈ ਸੀਗੀ ਜੀ। ਹਾਂਜੀ, ਹੋ ਸਕਦਾ ਰਾਣੀ ਵੀ ਆਈ ਹੋਏ ਸ਼ਾਦੀ ਵਿੱਚ ਜੀ। ਹਾਂਜੀ,
ਕਿਉਂਕਿ ਸਾਰਾ ਕੁਝ ਤੇ ਭਾਈ ਸਾਹਿਬ ਹੀ ਨਹੀਂ ਲਿਖ ਪਾਏ। ਜਦੋਂ ਦੂਰ ਦੂਰ ਤੱਕ ਖਬਰਾਂ ਪਹੁੰਚ ਗਈਆਂ ਵੀ ਮਾਤਾ ਦੇ ਆਨੰਦ ਕਾਰਜ ਨੇ ਤੇ ਰਾਣੀ ਭਾਵੇਂ ਰਾਣੀ ਮੈਣੀ ਵੀ ਆਈ ਹੋਏ ਜੀ, ਉਹਨਾਂ ਤੇ ਵੀ ਤੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹੀ ਨੇ। ਮਤਲਬ ਜਿਹਨੂੰ ਜਿਹਨੂੰ ਪਤਾ ਲੱਗਾ ਉਹ ਜਿਹਦੇ ਜਿਹਦੇ ਤੇ ਗੁਰੂ ਜੀ ਨੇ ਕੀਤੀ ਮਿਹਰ ਉਹ ਸਾਰਿਆਂ ਨੇ ਆਨੰਦ ਕਾਰਜ ਦੇ ਸਮਾਗਮਾਂ ਚ ਹਾਜ਼ਰੀ ਭਰੀ। ਹਾਂਜੀ, ਇਮ ਚਹੋਂ ਚੱਕਣ ਸੁਜਸ ਪਸਾਰਾ, ਇਸ ਤਰੀਕੇ ਦੇ ਨਾਲ ਚਾਰੇ ਚੱਕਾਂ ਵਿੱਚ ਦਸਵੇਂ ਪਾਤਸ਼ਾਹ ਦਾ ਜਸ ਛਾ ਗਿਆ। ਗੱਜ ਕੇ ਆਖੋ ਹਰ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸੱਚੇ ਪਾਤਸ਼ਾਹ ਦਾ ਨਾਮ ਲੈਂਦੇ ਨੇ ਸਾਰੇ। ਹਾਂਜੀ, ਚੱਲੇ ਆਏ ਗੁਰ ਕੇ ਦਰਬਾਰਾ, ਹਜ਼ਾਰਾਂ ਆਗਿਆ ਲੈ ਕੇ ਗਏ ਤੇ ਹਜ਼ਾਰਾਂ ਨਵੇਂ ਵੀ ਆ ਗਏ ਨਾਲ ਹੀ ਜੀ। ਹਾਂਜੀ, ਅਨ ਧਨ ਧਨ ਕੋ ਅਰਪਣ ਕਰੇ, ਹਲਤ ਪਲਤ ਸੁਖ ਇੱਛਾ ਧਰੇ, ਮਹਾਰਾਜ ਨੂੰ ਕਈ ਤਰ੍ਹਾਂ ਦੇ ਪਦਾਰਥ ਸਿੱਖ ਭੇਟਾ ਕਰ ਰਹੇ ਨੇ ਤੇ ਗੁਰੂ ਸਾਹਿਬ ਦੇ ਕੋਲੋਂ ਸੁਖ ਦੀ ਇੱਛਾ ਕਰ ਰਹੇ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸੁਖ ਦੇਣਗੇ। ਹਾਂਜੀ, ਜੇਸ਼ਟ ਮਾਸ ਬੀਤ ਕਰ ਗਯੋ, ਹਾਂਜੀ, ਮੰਗਲ ਸਹਿਤ ਵਿਆਹ ਸਭ ਭਯੋ, ਹਾਂਜੀ, ਰੁੱਤ ਗ੍ਰੀਥਮ ਤੇ ਤਪਤ ਵਿਸਾਲਾ, ਹਾਂਜੀ, ਸਤ ਦਰਵ ਤੀਰ ਪਹੁੰਚ ਕਿਰਪਾਲਾ। ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਨੰਦ ਕਾਰਜਾਂ ਵਿੱਚ ਜਿਹੜਾ ਗੁਰੂ ਕਾ ਲਾਹੌਰ ਵਸਿਆ ਸੀਗਾ, ਗੁਰੂ ਕੇ ਲਾਹੌਰ ਵਾਲੇ ਵੀ ਆਗਿਆ ਲੈ ਕੇ ਚਲੇ ਗਏ ਤੇ ਬਰਾਤੀ ਵੀ ਜਿਹੜੇ ਬਣੇ ਸੀ ਉਹ ਵੀ ਚਲੇ ਗਏ ਤੇ ਮੇਲ ਵੀ ਚਲੇ ਗਿਆ ਜੀ। ਹਾਂਜੀ, ਫਿਰ ਕੁਝ ਕੁਝ ਜਿਹੜੇ ਬ੍ਰਹਮ ਗਿਆਨ ਦੇ ਵਿੱਚ ਲੀਨ ਸਨ ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਕੋਲ ਰੱਖ ਲਿਆ, ਬਾਬਾ ਰਾਮ ਕੋਇਰ ਜੀ ਵਰਗਿਆਂ ਨੂੰ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜ ਭਰਾ ਬੀਬੀ ਬੀਰੋ ਜੀ ਦੇ ਪੁੱਤ ਮਹਾਰਾਜ ਨੇ ਉਹਨਾਂ ਨੂੰ ਵੀ ਆਪਣੇ ਕੋਲ ਰੱਖ ਲਿਆ ਤੇ ਹੋਰ ਕਈਆਂ ਨੂੰ ਮਹਾਰਾਜ ਨੇ ਆਪਣੇ ਕੋਲ ਰੱਖ ਲਿਆ। ਆਨੰਦਪੁਰ ਸਾਹਿਬ ਦੇ ਵਿੱਚ ਸਿੱਖ ਭਜਨ ਕਰਨ ਵਾਸਤੇ ਜੁੱਟ ਗਏ, ਬੜੀਆਂ ਖੁਸ਼ੀਆਂ ਆਨੰਦ ਕਾਰਜਾਂ ਦੇ ਵਿੱਚ ਵਰਤੀਆਂ। ਉਹ ਸਾਰੇ ਪ੍ਰਸੰਗ ਫਿਰ ਤੁਸੀਂ ਸੁਣੇ, ਅੱਜ ਮਹਾਰਾਜ ਜੀ ਦੇ ਆਨੰਦ ਕਾਰਜਾਂ ਵਾਲੇ ਪ੍ਰਸੰਗ ਦੀ ਸੰਪੂਰਨਤਾ ਹੀ ਹੋਈ ਹੈ ਜੀ। ਹਾਂਜੀ, ਭਾਜੀ ਭੁੱਜੀ ਵੰਡੀ ਗਈ ਹੈ ਜੀ, ਮੇਲ ਸਾਰਾ ਆਪਣੇ ਉੱਧਰ ਲਾਹੌਰ ਪਹੁੰਚ ਗਿਆ ਜੀ, ਬਰਾਤੀ ਜਿਹੜੇ ਬਣੇ ਉਹ ਆਪੋ ਆਪਣੇ ਘਰ ਪਹੁੰਚ ਗਏ ਜੀ। ਹਾਂਜੀ, ਅੱਜ ਫਿਰ ਆਨੰਦ ਕਾਰਜਾਂ ਦੀ ਜਿਹੜੀ ਸੰਪੂਰਨਤਾ ਹੀ ਦਾ ਪ੍ਰਸੰਗ ਸੀਗਾ ਨਾ ਜੀ, ਉਹ ਹੁਣ ਅੱਜ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਸੰਪੂਰਨ ਹੋਇਆ ਤੇ ਗੁਰੂ ਸਾਹਿਬ ਮਹਾਰਾਜ ਜੀ ਦੇ ਆਨੰਦ ਕਾਰਜਾਂ ਦੀ ਕਥਾ ਕਰਦਿਆਂ ਬੜੀਆਂ ਭੁੱਲਾਂ ਹੋਈਆਂ ਨੇ ਜੀ। ਹਾਂਜੀ, ਤੁਸੀਂ ਬਖਸ਼ ਲਿਓ, ਇੱਕ ਦਸਵੇਂ ਪਾਤਸ਼ਾਹ ਦੇ ਨਾਂ ਦਾ ਜਕਾਰਾ ਲਾਉਣਾ ਤੇ ਇੱਕ ਮਾਤਾ ਜੀਤੋ ਜੀ ਦੇ ਨਾਮ ਦਾ ਜਕਾਰਾ ਲਾਉਣਾ ਜੀ। ਅੱਜ ਸਾਰੀ ਆਨੰਦ ਕਾਰਜਾਂ ਵਾਲਾ ਜਿਹੜਾ ਪ੍ਰਸੰਗ ਹੈ ਨਾ ਉਹ ਸੰਪੂਰਨ ਅੱਜ ਹੋਇਆ ਜੀ। ਗੱਜ ਕੇ ਆਖੋ ਸਭ ਆਪੋ ਆਪਣੇ ਘਰ ਰਹਿ ਗਏ ਚਲੇ ਗਏ ਤੇ ਮਹਾਰਾਜ ਦਸਵੇਂ ਪਾਤਸ਼ਾਹ ਮਾਤਾ ਜੀਤੋ ਜੀ ਨੂੰ ਸੇਵਾ ਲਈ ਪ੍ਰੇਰ ਰਹੇ ਨੇ ਤੇ ਮਾਤਾ ਜੀਤੋ ਜੀ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ ਜੀ। ਹਾਂਜੀ, ਨਿਹੰਗ ਸਿੰਘ ਜੀ, ਇੱਕ ਦਸਵੇਂ ਪਾਤਸ਼ਾਹ ਦੇ ਨਾਂ ਦਾ ਜਕਾਰਾ ਲਾਓ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜਾਂ ਦੀ ਫਿਰ ਸੰਪੂਰਨਤਾ ਹੀ ਹੋਈ। ਇਹਦੇ ਤੋਂ ਅੱਗੇ ਹੁਣ ਕਥਾ ਰੁੱਖ ਬਦਲੇਗੀ ਜੀ। ਹਾਂਜੀ, ਅਗਲੇਰਾ ਇਤਿਹਾਸ ਹੁਣ ਆਰੰਭ ਹੋ ਜਾਏਗਾ, ਉਹ ਫਿਰ ਆਪਾਂ ਸਾਧ ਸੰਗਤ ਜੀ ਕੱਲ੍ਹ ਦੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਆਪ ਸਾਰਿਆਂ ਦਾ ਆਇਆ ਹੋਇਆ ਸਫਲਾ ਕਰਨ, ਜਿੰਨਿਆਂ ਨੇ ਤੁਸਾਂ ਨੇ ਆਨੰਦ ਕਾਰਜਾਂ ਦੇ ਸਮਾਗਮਾਂ ਵਿੱਚ ਹਾਜ਼ਰੀ ਭਰੀ, ਸੇਵਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸੇਵਾ ਸਾਰਿਆਂ ਦੀ ਥਾਂ ਪਾਉਣ, ਹਰ ਨੂੰ ਹਰ ਇੱਕ ਨੂੰ ਮਹਾਰਾਜ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਸੱਚੇ ਪਾਤਸ਼ਾਹ। ਹੁਣ ਸਾਡੇ ਕੋਲ ਚਾਰ ਪੰਜ ਮਿੰਟ ਸਮਾਂ ਹੈ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਫਿਰ ਆਪਾਂ ਖਿਮਾ ਮੰਗੀਏ ਤੇ ਹੁਣ ਇਤਿਹਾਸ ਦਾ ਅੱਗੋਂ ਰੁੱਖ ਬਦਲਣਾ ਸੀਗਾ ਤਾਂ ਮੈਂ ਪਹਿਲਾਂ ਹੀ ਪ੍ਰਸੰਗ ਦੀ ਸੰਪੂਰਨਤਾ ਹੀ ਕਰ ਦਿੱਤੀ ਦਾਸ ਨੇ ਤੇ ਐਂ ਸਾਵਧਾਨ ਹੋਵੋ। ਬੜੇ ਪ੍ਰੇਮ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਨੇਤਰ ਕਰੋ ਬੰਦ ਤੇ ਸਤਨਾਮ ਵਾਹਿਗੁਰੂ ਜੀ ਦਾ ਕਰੀਏ ਜਾਪ। ਸਾਰੀ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸੱਚੇ ਪਾਤਸ਼ਾਹ ਮਿਹਰ ਕਰਨੇ, ਕਿਰਪਾ ਕਰਨਾ, ਇਹਨਾਂ ਜੇ ਤੁਸੀਂ ਘਰ ਬਹਿ ਕੇ ਜਪਣਾ ਚਾਹੀਏ ਆਪਾਂ, ਤੇ ਕੋਈ ਵਿਰਲਾ ਹੀ ਰੱਬ ਦੀ ਮਿਹਰ ਵਾਲਾ ਹੋਏਗਾ ਜਿਹੜਾ ਘਰ ਵਿੱਚ ਬਹਿ ਕੇ ਜਪਦਾ ਹੋਏਗਾ ਜੀ। ਹਾਂਜੀ, ਇਸੇ ਕਰਕੇ ਕਿਹਾ ਜਾਂਦਾ ਨਾ ਜੀ, ਸੰਗਤ ਕੋ ਗੁਣ ਬਹੁਤ ਦਿਖਾਈ। ਸੰਗਤ ਦੇ ਬੜੇ ਗੁਣ ਨੇ ਜੀ। ਹਾਂਜੀ, ਜਿਹੜਾ ਘਰ ਬਹਿ ਕੇ ਨਹੀਂ ਜਪਦਾ ਉਹ ਸੰਗਤ ਵਿੱਚ ਆ ਕੇ ਹੋਰ ਨਹੀਂ ਤੇ ਵੇਖੋ ਵੇਖੀ ਜਪਦਾ ਤਾਂ ਹੈਗਾ ਨਾ ਜੀ। ਤੇ ਜਪਣ ਵਿੱਚ ਭਲਾ ਹੈਗਾ ਜੀ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸਰਣ ਪਿਆ ਸੁਖ ਪਾਈਏ, ਬਹੁੜ ਦੁੱਖ ਨਾ ਹੋਈ।
ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਦਇਆ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।